ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਸਤਿਗੁਰ ਕੀ ਸੇਵਾ ਗਖੜੀ ਸਿਰ ਦੀ ਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਾਵੇ ਸਭ ਥਾਏ ਆਖੋ ਸਤਨਾਮ ਸ੍ਰੀ ਨਿਸ਼ਚੇ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਲੀ ਸੁਹਾਵੀ ਸ਼ਬਰੀ ਜਮੈਂ ਗੁਣ ਗਾਏ ਬਲੀ ਸੁਹਾਵੀ ਸ਼ਬਰੀ ਜਮੈਂ ਸੋਹਾ
Vaheguru, 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 Vaheguru,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਸਮੇਂ ਦੇ ਸਵਾਸਾਂ ਦਾ ਲਾਹਾ ਲੈ ਰਹੇ ਹੋ, ਵਡਭਾਗੇ ਹੋ। ਨਗਰ ਵੀ ਵਡਭਾਗਾ ਹੈ ਜਿਨ੍ਹਾਂ ਨੇ ਇਹ ਸਮਾਗਮ ਰਚਾਏ ਨੇ। ਜੀਵਨ ਬਹੁਤ ਵਡਮੁੱਲਾ ਹੈ, ਇਸ ਨੂੰ ਵਿਅਰਥ ਨਾ ਗਾਉਣਾ। ਫਿਰ ਬੇਨਤੀ ਸੁਣਨੀ, ਜੀਵਨ ਬਹੁਤ ਕੀਮਤੀ ਹੈ, ਇਸ ਨੂੰ ਵਿਅਰਥ ਨਾ ਗਾਉਣਾ। ਇਹ ਵਾਰ ਵਾਰ ਮਿਲਦਾ ਨਹੀਂ, ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਨਿਕਲ ਗਏ, ਭਾਗਾਂ ਨਾਲ ਇਹ ਦੇਹੀ ਮਿਲੀ ਹੈ। ਲੰਬਾ ਸਮਾਂ ਲੱਗਾ ਇਸ ਨੂੰ ਸੰਸਾਰ ਵਿੱਚ ਆਉਣ ਲਈ, ਜਾਣ ਤੋਂ ਬਾਅਦ ਫਿਰ ਲੰਬਾ ਸਮਾਂ ਲੱਗੇਗਾ ਇਸ ਨੂੰ ਆਉਣ ਲਈ। ਸਤਿਗੁਰੂ ਨੇ ਇਸ ਦੇਹ ਦੇ ਬਾਰੇ ਲਿਖਿਆ ਹੈ, ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਆਤਮ ਘਾਤੀ ਕਹਿੰਦੇ ਨੇ ਕਾਤਲ ਨੂੰ, ਜਿਹੜਾ ਨਾਮ ਨਹੀਂ ਜਪਦਾ ਉਹ ਆਤਮਾ ਦਾ ਕਾਤਲ ਹੈ। ਜੀਵਨ ਬੀਤ ਗਿਆ, ਇਹ ਤਾਂ ਇਹਦੀ ਰੁਚੀ ਨਹੀਂ ਬਣੀ ਅਸਲ 'ਚ ਸਿਮਰਨ ਲਈ। ਇਹ ਧੰਦਾ ਕਰਦੇ ਇਸਨੇ ਜੀਵਨ ਕੱਟ ਦਿੱਤਾ। ਧੰਦਾ ਕਰਦਿਆਂ ਜਨਮ ਗਵਾਇਆ, ਮਾਲ ਧਨ ਜੋੜਿਆ। ਬੇਨਤੀ ਕਰਾਂ, ਅੱਜ ਪਹਿਲਾ ਦਿਨ ਹੈ, ਜਿਤਨੀ ਦੇਰ ਬੈਠਣਾ ਹੈ ਅੱਖਾਂ 'ਤੇ ਕਾਬੂ ਪਾ ਕੇ ਰੱਖਣਾ। ਜੇ ਅੱਖਾਂ ਦੇਖਦੀਆਂ ਰਹੀਆਂ ਕਿਹੜੇ ਆਏ ਕਿਹੜੇ ਨਹੀਂ ਆਏ, ਗੁਰੂ ਦਰਸ਼ਨਾਂ ਤੋਂ ਖਾਲੀ ਰਹਿ ਜਾਂਗੇ। ਜ਼ੁਬਾਨ 'ਤੇ ਕਾਬੂ ਪਾ ਕੇ ਰੱਖਣਾ, ਜਿਤਨੀ ਦੇਰ ਬੈਠਣਾ ਹੈ ਵਿਅਰਥ ਗੱਲਾਂ ਨਹੀਂ ਕਰਨੀਆਂ। ਸਤ ਸੰਗਤ ਮੈਂ ਜੋ ਬਾਤ ਚਲਾਵੈ, ਇਹਾਂ ਉਹਾਂ ਠੌਰ ਨਾ ਪਾਵੈ। ਜਿਹੜਾ ਸਾਧ ਸੰਗਤ ਵਿੱਚ ਆ ਕੇ ਗੱਲਾਂ ਕਰਦਾ, ਉਹਨੂੰ ਦੋਨਾਂ ਜਹਾਦਾਂ ਵਿੱਚ ਜਗ੍ਹਾ ਨਹੀਂ ਮਿਲਦੀ, ਬਾਦਸ਼ਾਹ ਕਹਿੰਦੇ ਨੇ। ਇਸ ਦੀ ਸੁਰਤ, ਇਸ ਦਾ ਮਨ ਚਾਰ ਜਗ੍ਹਾ ਰਹਿੰਦਾ ਹੈ ਗੁਰਮੁਖੋ। ਸਭ ਤੋਂ ਪਹਿਲੇ ਪਰਿਵਾਰ ਵਿੱਚ, 24 ਘੰਟੇ ਸੁਰਤ ਇਸ ਦੀ ਹੈ ਵੀ ਪੁੱਤਰਾਂ ਦਾ ਕੁਝ ਬਣ ਜਾਏ, ਬੱਚਿਆਂ ਦਾ ਕੁਝ ਬਣ ਜਾਏ, ਮੇਰਾ ਕੁਝ ਬਣ ਜਾਏ। ਇਸ ਨੂੰ ਮਨ ਨੂੰ ਨਾਲ ਨਾਲ ਤੋਰਦੇ ਰਹਿਣਾ, ਜੋ ਮੈਂ ਆਪ ਜੀ ਨੂੰ ਬੇਨਤੀ ਕਰਦਾ। ਇਹ ਸਾਨੂੰ ਇੱਥੇ ਛੱਡ ਕੇ ਆਪ ਬਾਹਰ ਚਲਾ ਗਿਆ, ਬੜਾ ਸ਼ਰਾਰਤੀ ਹੈ ਇਹ ਮਨ। ਸਭ ਤੋਂ ਪਹਿਲੇ ਇਸ ਦੀ ਸੁਰਤ ਜਿਹੜੀ ਹੈ, ਮਨ ਜਿਹੜਾ ਹੈ ਉਹ ਪਰਿਵਾਰ ਵਿੱਚ ਰਹਿੰਦਾ, ਪਰਿਵਾਰ ਨੂੰ ਸਜਾਉਂਦਾ ਸਜਾਉਂਦਾ ਥੱਕ ਜਾਂਦਾ, ਪਰਿਵਾਰ ਨੂੰ ਪਾਲਦਾ ਪਾਲਦਾ ਥੱਕ ਜਾਂਦਾ, ਪਰਿਵਾਰ ਲਈ ਜੇ ਮਨ ਇਸ ਪਰਿਵਾਰ ਲਈ ਕੁਝ ਕਰਦਾ, ਇਸ ਤੋਂ ਉੱਠ ਕੇ, ਕਿਉਂਕਿ ਪਰਿਵਾਰ ਸਾਜ ਲਿਆ,
ਇਹਦੇ ਲਈ ਇੱਕ ਕੰਮ ਕਰਦਾ ਹੈ, ਪਦਾਰਥ ਇਕੱਠੇ ਕਰਦਾ ਫਿਰੇ, ਫਿਰ ਬੇਨਤੀ ਸੁਣਨੀ। ਸੁਰਤ ਫਿਰ ਪਦਾਰਥ ਵਿੱਚ ਚਲੇ ਜਾਂਦੀ ਹੈ, ਧੀਆਂ ਪੁੱਤਰਾਂ ਨੂੰ ਪਦਾਰਥ ਇਕੱਠੇ ਕਿਵੇਂ ਕਰਕੇ ਦੇਣੇ ਨੇ। ਕਿਤੇ ਗਲਤੀ ਖਾ ਜਾਣ ਤੁਹਾਡਾ ਬੱਚਾ ਹੋ, ਕੋਈ ਸਾਧ ਸੰਤ ਬਾਬਾ ਨਹੀਂ, ਪਰ ਜੇ ਗੱਲ ਸੱਚੀ ਹੈ ਤੇ ਅੱਜ ਪ੍ਰਵਾਨ ਕਰਕੇ ਜਾਣਾ। ਇੱਥੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੂਤਾ ਕਾਲੀਆਂ ਬਾਹਰ ਚਿੱਟਦੀਆਂ। ਗੱਲਾਂ ਗਲੀ ਕਿੰਨੇ ਨਾ ਪਾਇਆ ਪਾਤਸ਼ਾਹ ਕਹਿੰਦੇ, ਗੱਲਾਂ ਨਾਲ ਰੱਬ ਮਿਲ ਜਾਂਦਾ ਤੇ ਫਿਰ ਗੱਲ ਕਿਹੜੀ ਸੀ। ਬੇਅੰਤ ਨੂੰ ਪਾਉਣ ਲਈ ਬੇਅੰਤ ਸਿਮਰਨ ਕਰਨਾ ਪੈਂਦਾ, ਖਿਆਲ ਰੱਖਣਾ। ਇਹ ਪੰਜ ਦਸ ਮਿੰਟ ਪਤਾ ਨਹੀਂ ਬੈਠਦਾ ਵੀ ਕਿ ਨਹੀਂ, ਇਸਨੂੰ ਵੇਲ ਹੀ ਨਹੀਂ ਮਿਲਿਆ। ਜੇ ਕਿਤੇ ਇਸਦੀ ਸੁਰਤ ਪਦਾਰਥ ਇਕੱਠੇ ਕਰ ਵੀ ਲਵੇ ਪਰਿਵਾਰ ਲਈ, ਫਿਰ ਕਿਉਂਕਿ ਪਦਾਰਥ ਜਿਸਦੇ ਕੋਲ ਹੁਣ ਉਹਦੀ ਇੱਛਾ ਹੋ ਜਾਂਦੀ ਵੀ ਹੁਣ ਵੱਡਾ ਬਣਨਾ ਸਮਾਜ ਵਿੱਚ, ਫਿਰ ਇਹ ਵੀ ਸੁਰਤ ਰਾਜਨੀਤੀ ਵਿੱਚ ਜਾਂਦੀ ਹੈ ਵੀ ਮੈਨੂੰ ਪੰਚ ਬਣਾ ਦਿਓ, ਸਰਪੰਚ ਬਣਾ ਦਿਓ, MLA ਬਣਾ ਦਿਓ, ਫਿਰ ਇਹ ਵੱਡਾ ਬਣਨਾ ਚਾਹੁੰਦਾ। ਜੇ ਕਿਤੇ ਇੱਥੋਂ ਕਿਤੇ ਸੁਰਤ ਨਿਕਲ ਜਾਏ ਗੁਰੂ ਕਿਰਪਾ ਨਾਲ, ਫਿਰ ਪਰਮਾਤਮਾ ਨੂੰ ਖੋਜ ਕਰਦੀ ਹੈ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਦੇਖ ਲੈਣਾ ਮਨ ਕਿੱਥੇ ਰਹਿੰਦਾ, ਕਿੱਥੇ ਟਿਕਿਆ ਹੋਇਆ। ਪਰਮਾਤਮਾ ਤੱਕ ਇਸ ਦੀ ਜਾਣ ਦੀ ਕੋਈ ਇੱਛਾ ਨਹੀਂ, ਪਦਾਰਥਾਂ ਦੀ ਇੱਛਾ ਹੈ। ਤੇ ਪਾਤਸ਼ਾਹ ਕਹਿੰਦੇ ਖਾ ਖਾ ਕੇ ਕਰੇ ਬਦ ਫੈਲੀ, ਜਾਨ ਫਿਸੂ ਕੀ ਵਾੜੀ। ਕੀ ਕਰਦਾ, ਬੇਕਾਰੀ ਵਰਤੀ ਹੈ, ਬੇਕਾਰ ਭੋਗਦਾ। ਇਸਨੂੰ ਇਹ ਨਹੀਂ ਪਤਾ ਕਿ ਜਿਸਨੇ ਇਸਨੂੰ ਭੇਜਿਆ ਹੈ ਉਸਨੇ ਇਸਦਾ ਲੇਖਾ ਲੈਣਾ ਹੈ। ਫਿਰ ਸੁਣਨਾ ਦਾ, ਤੁਸੀਂ 10 ਰੁਪਏ ਆਪਣੇ ਬੱਚੇ ਨੂੰ ਦਿੰਦੇ ਹੋ ਤੇ 10 ਵਾਰੀ ਪੁੱਛਦੇ ਹੋ ਕਿੱਥੇ ਖਰਚਿਆ। ਜੇ ਉਹ ਸਹੀ ਨਹੀਂ ਦੱਸਦਾ ਜਾਂ ਗਲਤ ਖਰਚਾ ਆਉਂਦਾ, ਤੁਸੀਂ ਕਹਿੰਦੇ ਹੋ ਇਹਨੇ ਘਰ ਪਟ ਸੱਟਣਾ, ਇਹਨੂੰ ਧੇਲਾ ਨਹੀਂ ਦੇਣਾ। ਤੁਸੀਂ ਦੱਸੋਗੇ ਜਿਸਨੇ ਜੀਵਨ ਦਿੱਤਾ, ਸਵਾਸ ਦਿੱਤੇ, ਸਰੀਰ ਦਿੱਤਾ, ਧਨ ਦਿੱਤਾ, ਧੀਆਂ ਪੁੱਤਰ ਦਿੱਤੇ ਨੇ, ਵਡਿਆਈਆਂ ਦਿੱਤੀਆਂ ਨੇ, ਤੁਹਾਡਾ ਕੀ ਖਿਆਲ ਉਹਨੇ ਪੁੱਛਣਾ ਨਹੀਂ ਕਿਹੜੇ ਭੁਲੇਖੇ 'ਚ ਫਿਰਦਾ ਏ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸ਼ਬਦ ਆਪ ਜੀ ਦੇ ਸਨਮੁਖ ਰੱਖਿਆ ਹੈ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਉਹ ਛਪਰੀ ਭਲੀ ਹੈ ਜਿੱਥੇ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਫਿਰ ਬੇਨਤੀ ਸੁਣਨੀ, ਉਹ ਛਪਰੀ ਭਲੀ ਹੈ, ਕੁੱਲੀ ਭਲੀ ਹੈ ਜਿੱਥੇ ਪ੍ਰਭੂ ਦੀ ਯਾਦ, ਪ੍ਰਭੂ ਦੇ ਪਿਆਰੇ ਬੈਠਦੇ ਨੇ। ਕਿਤ ਹੀ ਕਾਮ ਨਾ ਧੌਲ ਹਾਰ, ਕਿਸ ਕੰਮ ਦੇ ਨੇ ਤੇਰੀ ਕੋਠੀ ਤੇਰੇ ਮਹਿਲ, ਕਿਸ ਕੰਮ ਦੇ ਨੇ ਦੱਸ ਤਾਂ ਸਹੀ। ਜਿੱਥੇ ਰੱਬ ਭੁੱਲ ਗਿਆ, ਜਿਸ ਮਹਿਲ ਵਿੱਚ ਬੈਠ ਕੇ ਤੈਨੂੰ ਰੱਬ ਭੁੱਲ ਗਿਆ, ਉਹ ਪਾਤਸ਼ਾਹ ਕਹਿੰਦੇ ਨੇ ਸੇ ਘਰ ਮਰਹਟ ਸਾਰਖੇ, ਸਾਧ ਤੇ ਸ਼ਮਸ਼ਾਨ ਘਾਟ ਨੇ, ਤੂੰ ਕਹਿੰਦਾ ਮੇਰੀ ਕੋਠੀ ਹੈ। ਕੁਝ ਪਾਤਸ਼ਾਹ ਕਹਿੰਦੇ ਨੇ, ਬਹੁਤਾ ਸਮਾਂ ਨਹੀਂ ਮੈਂ ਆਪ ਜੀ ਦਾ ਲੈਣਾ।
ਕਿਉਂਕਿ ਕੋਈ ਮੋਢਾ ਫੜੀ ਬੈਠਾ, ਕੋਈ ਗੋਡਾ ਫੜੀ ਬੈਠਾ, ਕੋਈ ਲੱਕ ਫੜੀ ਬੈਠਾ, ਇੰਨੇ ਯੋਗਾ ਹੀ ਨਹੀਂ ਵੀ ਬੈਠ ਜਾਏ ਸਿਮਰਨ ਵਿੱਚ, ਅਭਿਆਸ ਵਿੱਚ ਬੈਠ ਜਾਏ। ਕਾਰਨ ਕੀ ਆ? ਬਿਰਤੀ ਮਾੜੀ ਹੈ, ਬਿਰਤੀ ਖਰਾਬ ਆ। ਇਸ ਕਰਕੇ ਜਿਸ ਗੱਡੀ ਨੇ ਪਰਮੇਸ਼ੁਰ ਨੂੰ ਮਿਲਣਾ ਸੀ, ਜਿਸ ਗੱਡੀ 'ਤੇ ਚੜ੍ਹ ਕੇ ਜਾਣਾ ਸੀ, ਉਹ ਗੱਡੀ ਰੋਗੀ ਹੈ, ਉਹ ਕਿਸੇ ਕੰਮ ਦੀ ਨਹੀਂ ਰਹੀ। ਸਤਿਗੁਰ ਕਹਿੰਦੇ ਕਿਤੇ ਹੀ ਕਾਮ ਨਾ ਤੌਲ ਹਰ, ਮਹਿਲਾਂ ਨੂੰ ਕਹਿੰਦੇ ਨੇ ਕਿਸ ਕੰਮ ਦੇ ਨੇ ਤੇਰੇ, ਜਿੱਤ ਹਰ ਵਿਸਰਾਏ, ਜਿੱਥੇ ਪਰਮੇਸ਼ੁਰ ਭੁੱਲ ਗਿਆ। ਤੁਸੀਂ ਕਦੇ ਕਦੇ ਜਾਣਾ ਘਰਾਂ ਵਿੱਚ, ਕਦੇ ਕਦੇ ਸਾਨੂੰ ਕਹਿੰਦੇ ਨੇ ਗੁਰਮੁਖ ਪਿਆਰੇ ਆਓ ਤੁਹਾਨੂੰ ਆਪਣੀ ਕੋਠੀ ਦਿਖਾਈਏ, ਚਲੋ ਚੱਲ ਚੱਲਦੇ ਹਾਂ ਕੋਠੀ ਦੇਖਣੀ। ਇਹ ਸਾਡਾ ਬੈਡਰੂਮ ਆ, ਇਹ ਕਾਕੇ ਦਾ ਬੈਡਰੂਮ ਆ, ਇਹ ਗੁੱਡੀ ਦਾ ਬੈਡਰੂਮ ਆ। ਮੈਂ ਸੁਣਨਾ ਇਹ ਦਿਖਾਉਂਦਾ ਵੀ ਕਿਹਦਾ ਕਿਹਦਾ ਬੈਡਰੂਮ ਆ। ਇਹ ਡਰਾਇੰਗ ਰੂਮ ਆ ਜਿੱਥੇ ਇਹਨੇ ਬਿਠਾ ਕੇ ਸ਼ਰਾਬ ਪਿਲਾਉਣੀ ਆ, ਆਪ ਵੀ ਭੂਤ ਬਣਨਾ ਅਤੇ ਦੂਜਿਆਂ ਨੂੰ ਵੀ ਭੂਤ ਬਣਾਉਣਾ, ਕਹਿਣਾ ਸੇਵਾ ਕਰਨੀ ਤੁਹਾਡੀ। ਇੱਕ ਵੀ ਤਾਂ ਕਮਰਾ ਹੈ ਨਹੀਂ ਇੱਕ ਖਾਨੇ ਦਾ ਜਿੱਥੇ ਇਸਨੇ ਗੁਰੂ ਲਈ ਬਣਾਇਆ ਹੋਵੇ ਵੀ ਇੱਥੇ ਬੈਠ ਕੇ ਨਿਤਨੇਮ ਕਰਨਾ, ਸਿਮਰਨ ਕਰਨਾ। ਐਡੀਆਂ ਐਡੀਆਂ ਵੱਡੇ ਮਹਿਲ ਕੋਠੀਆਂ ਨੇ, ਸ਼ਰਾਬ ਖਾਨੇ ਬਣੇ ਹੋਏ ਨੇ, ਪਰ ਉੱਥੇ ਗੁਰੂ ਦਾ, ਗੁਰੂ ਦੇ ਪਾਤਸ਼ਾਹ ਦੇ ਲਈ ਇੱਕ ਵੀ ਤਾਂ ਕਮਰਾ ਨਹੀਂ ਜਿੱਥੇ ਨਿਤਨੇਮ ਸਵੇਰੇ ਸ਼ਾਮ ਨੂੰ ਉਸਦਾ ਸ਼ੁਕਰਾਨਾ ਕਰੇ। ਕੀ ਕਹਿੰਦੇ ਨੇ ਪਾਤਸ਼ਾਹ, ਕੁਛ ਕਹਿ ਰਹੇ ਨੇ ਸਾਨੂੰ। ਇਹ ਬਾਣੀ ਪਸ਼ੂਆਂ ਨੂੰ ਵੀ ਦੇਵਤੇ ਬਣਾ ਦਿੰਦੀ ਆ, ਇਹ ਬੰਦੇ ਤੋਂ ਪਸ਼ੂ ਬਣ ਗਿਆ। ਆਖੋ ਸਤਨਾਮ ਵਾਹਿਗੁਰੂ। ਦੇਖਦੇ ਸੀ ਅਸੀਂ, ਗੁਰਮੁਖ ਪਿਆਰੇ ਦੱਸ ਰਹੇ ਸੀ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਮੈਂ ਦੇਖਦਾ ਬਜ਼ੁਰਗ ਬੈਠੇ, 5-10 ਨੌਜਵਾਨ ਪੀੜ੍ਹੀ ਦੇ ਮੈਂਬਰ ਹੋਣਗੇ, ਵੱਧ ਤੋਂ ਵੱਧ ਅਬਲ ਤਾਂ ਦਿਸਦਾ ਹੀ ਨਹੀਂ ਅੰਦਰ ਇੱਥੇ ਕੋਈ ਬੈਠਾ। ਤੁਸੀਂ ਕਦੇ ਪਛਤਾਓਗੇ, ਰੋਣ ਲਈ ਹੰਝੂ ਨਹੀਂ ਰਹਿ ਜਾਣਗੇ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਗਿੱਧਾ ਪਾਉਂਦੇ ਨੇ, ਕਾਕਾ ਵੀ ਬਾਹਰ ਚਲਿਆ ਗਿਆ ਅਤੇ ਗੁੱਡੀ ਵੀ ਬਾਹਰ ਚਲੀ ਗਈ। ਹੁਣ ਇਹ ਵਿਚਾਰਾ ਰੋਜ਼ ਟੈਲੀਫੋਨ ਉਡੀਕਦਾ, ਅੱਜ ਟੈਲੀਫੋਨ ਨਹੀਂ ਆਇਆ, ਅੱਜ ਹਫ਼ਤਾ ਹੋ ਗਿਆ। ਉਹ ਕਹਿੰਦੇ ਆ ਜੋ ਕੁਝ ਹੈਗਾ ਹੁਣ ਵੇਚ ਦਿਓ ਅਤੇ ਇੱਥੇ ਤੁਹਾਨੂੰ ਲੈ ਆਉਣਾ। ਆਖੋ ਸਤਨਾਮ ਵਾਹਿਗੁਰੂ। ਮੈਂ ਆਪ ਜੀ ਨਾਲ ਸਾਂਝ ਪਾ ਰਿਹਾ ਸਮਾਜ ਦੀ। ਮੈਂ ਗਾ ਕੇ ਵੀ ਜਾ ਸਕਦਾ, ਮੈਨੂੰ ਕੋਈ ਇੱਡੀ ਵਧੀ ਗੱਲ ਨਹੀਂ, ਪਰ ਜੋ ਹਾਲ ਹੋਣ ਵਾਲਾ ਨਾ ਉਹ ਦੱਸ ਨਹੀਂ ਸਕਦੇ ਅਸੀਂ। ਆਹ ਜਿਹੜਾ ਪਰਾਗਾ ਮੇਰੇ ਸਾਲ, ਮੇਰੀ ਉਮਰ ਦਾ ਸੀ, 80 ਸਾਲ ਦਾ, ਜਦੋਂ ਇਹ ਮੁੱਕ ਗਿਆ, ਦੱਸੋਗੇ ਕੋਠੀਆਂ ਕਿਹਨਾਂ ਨੂੰ ਦਿਓਗੇ? ਪਈਆਂ ਨੂੰ ਦੇ ਦਿਓਗੇ? ਅੱਧੀਆਂ ਕਦੇ ਦੇ ਦਿੱਤੀਆਂ, ਹਰ ਪਿੰਡ ਵਿੱਚ ਮਕਾਨ ਉਹਨਾਂ ਨੇ ਖਰੀਦ ਲਏ। ਤੁਸੀਂ ਕਿਹੜੇ ਦੇਸ਼ ਦੇ ਵਾਸੀ ਹੋ ਦੱਸੋਗੇ? ਸਿੱਖਾਂ ਨੂੰ ਚੇਤਾ ਹੀ ਭੁੱਲ ਗਿਆ। ਇਹ ਕੌਮ ਬੜੀ ਮਿਹਨਤ ਕਸ਼ ਕੌਮ ਸੀ, ਕਦੇ
ਮੈਂ 80 ਸਾਲਾਂ ਦਾ ਆਪਣਾ ਪੀਰੀਅਡ ਦੱਸ ਰਿਹਾ। ਕਈ ਵਾਰੀ ਇਹ ਲੁੱਟੇ ਗਏ, ਕਈ ਵਾਰੀ ਪੁੱਟੇ ਗਏ, ਪਤਾ ਨਹੀਂ ਕਿੰਨੀ ਕੁ ਵਾਰੀ ਇਹ ਸਿੱਖ ਉਜੜੇ ਨੇ। ਸੰਨ 47 ਵਿੱਚ ਵੀ ਇਹ ਉਜੜ ਕੇ ਆ ਗਏ, ਨੰਗੇ ਪੈਰੀਂ ਆਏ ਸੀ ਅਤੇ ਰੱਬ ਯਾਦ ਸੀ। ਫਿਰ ਮਿਹਨਤ ਕੀਤੀ, ਗੁਰੂ ਨੇ ਕਿਰਪਾ ਬਖਸ਼ੀ, ਕਿਰਪਾ ਤਾਂ ਹੋ ਗਈ ਪਰ ਨਾਲ ਹੀ ਦਲਿੱਦਰੀ ਵੀ ਹੋ ਗਿਆ। ਤੁਸੀਂ ਦੇਖੋ, ਤੁਸੀਂ ਖੇਤਾਂ ਵਿੱਚ ਪਈਆ ਬੈਠਾ, ਖੇਤਾਂ ਵਿੱਚ ਟਰੈਕਟਰ 'ਤੇ ਪਈਆ ਬੈਠਾ, ਪਸ਼ੂਆਂ ਨੂੰ ਪੱਠੇ ਪਾਉਂਦਾ ਪਈਆ ਬੈਠਾ, ਮਿਸਤਰੀ ਪਈਆ ਬੈਠਾ, ਤੁਸੀਂ ਕਿੱਥੇ ਹੋ? ਤੁਸੀਂ ਦੱਸੋਗੇ ਕਿੱਥੇ ਹੋ? ਤੁਹਾਨੂੰ ਗੁਰਬਾਣੀ ਕੀ ਸੁਣਾਵਾਂ? ਤੁਹਾਡੇ ਤੋਂ ਪੱਲੇ ਹੀ ਕੱਖ ਨਹੀਂ, ਸਾਡੇ ਪੱਲੇ ਕੁਝ ਵੀ ਨਹੀਂ। ਹਾਰ ਗਏ ਭਾਈ, ਹਾਰ ਗਏ, ਔਰ ਇਹੋ ਜਿਹੀ ਹਾਰ ਜਿੱਥੇ ਨਾਮੋਂ ਨਿਸ਼ਾਨ ਮਿਟ ਜਾਏਗਾ। ਅੱਜ ਤੋਂ 20 ਸਾਲ ਪਹਿਲਾਂ ਮੈਂ ਕੈਨੇਡਾ ਵਿੱਚ ਓਟਵਾ ਕੀਰਤਨ ਕਰ ਰਿਹਾ ਸੀ, ਗੋਰੇ ਵੀ ਆਉਂਦੇ ਸੀ। ਇੱਕ ਦਿਨ ਗੋਰਾ ਇੱਕ ਇੱਥੇ 3 ਸਾਲ ਰਹਿ ਕੇ ਗਿਆ ਸੀ ਅੰਮ੍ਰਿਤਸਰ ਸਾਹਿਬ, ਉਹਨੂੰ ਇਤਿਹਾਸ ਬੜਾ ਯਾਦ ਸੀ। ਉਹ ਮੈਨੂੰ ਸਵਾਲ ਕਰਦਾ ਰਹਿੰਦਾ ਸੀ, ਮਾੜੀ ਮੋਟੀ ਅੰਗਰੇਜ਼ੀ ਆਉਂਦੀ ਸੀ, ਕਮਿਊਨੀਕੇਟ ਹੋ ਜਾਂਦਾ ਸੀ। ਉਹ ਮੈਨੂੰ ਇੱਕ ਦਿਨ ਕਹਿੰਦਾ, ਬਾਬਾ ਜੀ ਡੋਂਟ ਬੀ ਫਨੀ ਵਿਦ ਅਸ। ਅਤੇ ਮੈਂ ਉਹਨੂੰ ਪੁੱਛਿਆ, ਕੀ ਗੱਲ ਗਈ, ਅਸੀਂ ਤੁਹਾਡੇ ਨਾਲ ਕੀ ਫਨ ਕੀਤਾ, ਅਸੀਂ ਤੁਹਾਨੂੰ ਕੀ ਮਜ਼ਾਕ ਕੀਤਾ? ਕਹਿੰਦੇ ਤੁਹਾਡਾ ਕੀ ਖਿਆਲ ਹੈ ਵੀ ਤੁਸੀਂ ਇੱਥੋਂ ਲੁੱਟ ਕੇ ਲੈ ਜਾਓਗੇ, ਤੁਸੀਂ ਇੱਥੋਂ ਲੁੱਟ ਕੇ ਲੈ ਜਾਓਗੇ? 20 ਸਾਲ ਪਹਿਲਾਂ ਦੀ ਗੱਲ ਹੈ। ਇਹੀ ਤੁਹਾਡੇ ਇੱਕ ਪੀੜ੍ਹੀ ਪੈਸੇ ਲਈ ਜਾ ਸਕਦੀ ਆ, ਦੂਜੀ ਪੀੜ੍ਹੀ ਨੇ ਵਿੱਚੇ ਤੁਹਾਨੂੰ ਵੇਚ ਕੇ, ਵਿੱਚੇ ਤੁਹਾਡੀ ਜ਼ਮੀਨ ਵੇਚ ਕੇ, ਵਿੱਚੇ ਘਰ ਵੇਚ ਕੇ ਇਹਨਾਂ ਨੇ ਇੱਥੇ ਲੈ ਆਉਣਾ। ਅਸੀਂ ਉਸ ਦਿਨ ਲਈ ਉਡੀਕਦੇ ਹਾਂ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਅਸੀਂ ਉਸ ਦਿਨ ਲਈ ਉਡੀਕਦੇ ਹਾਂ ਜਿੱਦਣ ਤੁਹਾਡੀ ਨਿਲਾਮੀ ਅਸੀਂ ਕਰ ਦੇਣੀ ਹੈ। ਇਹ ਮੈਨੂੰ ਉਹਨੇ ਗੁਰਦੁਆਰੇ ਦੇ ਸਾਹਿਬ ਬਾਹਰ ਖੜ੍ਹੇ ਹੋ ਕੇ ਕਿਹਾ, ਔਰ ਅੱਜ ਮੈਂ ਉਹ ਅਸਲ ਤਸਵੀਰ ਮੇਰੇ ਸਾਹਮਣੇ ਦਿਸ ਰਹੀ ਆ, ਔਰ ਏਡੀ ਖਤਰਨਾਕ ਤਸਵੀਰ ਹੈ। ਤੁਹਾਨੂੰ ਕਿਸੇ ਨੇ ਪੰਜਾਬ 'ਚ ਨਹੀਂ ਵੜਨ ਦੇਣਾ, ਖਿਆਲ ਰੱਖਿਓ, ਕਿਉਂਕਿ ਤੁਹਾਡਾ ਰਹਿਣਾ ਹੀ ਕੁਛ ਨਹੀਂ ਇੱਥੇ, ਤੁਸੀਂ ਕਦ ਨਹੀਂ ਆਉਂਦੇ। ਹਾਲ ਸਾਡਾ ਉੱਥੇ ਵੀ, ਸਾਡਾ ਹਾਲ ਉੱਥੇ ਵੀ ਇਹੀ ਆ, ਜੋ ਅਸੀਂ ਇੱਥੇ ਕਰਦੇ ਹਾਂ ਉੱਥੇ ਵੀ ਇਹੀ ਕਰਦੇ ਹਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਸੀ ਸਿੱਖਾਂ ਨੂੰ, ਐਡੀ ਵੱਡੀ ਕੁਰਬਾਨੀ ਪਿਤਾ ਵਾਰ ਦਿੱਤਾ, ਮਾਂ ਵਾਰ ਦਿੱਤੀ, ਪੁੱਤਰ ਵਾਰ ਦਿੱਤੇ, ਸਿੱਖ ਵਾਰ ਦਿੱਤੇ, ਆਪਣਾ ਆਪ ਵਾਰ ਦਿੱਤਾ। ਤੁਹਾਡੇ ਕੀ ਖਿਆਲ ਇਸ ਦਿਨ ਲਿਆਉਣ ਲਈ ਵਾਰਿਆ? ਦੱਸੋਗੇ ਤੁਹਾਡੇ ਚੋਂ ਅੰਮ੍ਰਿਤਧਾਰੀ ਕਿੰਨੇ ਨੇ? ਗੁਰੂ ਦੀ ਹਜ਼ੂਰੀ 'ਚ ਮੈਂ ਬੈਠਾ, ਦੱਸੋਗੇ ਸਾਰੀ ਜ਼ਿੰਦਗੀ ਬੀਤ ਕੇ ਨਗੋਰੇ ਨਿਕਲ ਗਿਆ, ਕਿ ਇਹੀ ਦੱਸੋਗੇ ਗੁਰੂ ਨੂੰ ਜਾ ਕੇ ਵੀ ਸਾਡਾ ਮਨ ਹੀ ਨਹੀਂ ਕੀਤਾ ਤੇਰੀ ਬਾਣੀ ਪੜ੍ਹਨ ਨੂੰ, ਸਾਡਾ ਮਨ ਹੀ ਨਹੀਂ ਕੀਤਾ ਤੇਰਾ ਅੰਮ੍ਰਿਤ ਛਕਣ ਨੂੰ,
ਤੇ ਗੱਲਾਂ ਦਸਵੇਂ ਦੁਆਰ ਦੀਆਂ ਕਰਦੇ ਹਾਂ ਤੁਸੀਂ। ਐਡਾ ਵੱਡਾ ਪਖੰਡ। ਬਾਬਾ ਕਬੀਰ ਸਾਹਿਬ ਕਹਿੰਦੇ, ਕਾਮੀ ਕ੍ਰੋਧੀ ਲਾਲਚੀ ਇਨ ਸੇ ਭਗਤ ਨਾ ਹੋਏ। ਤਿੰਨ ਤਰ੍ਹਾਂ ਦੇ ਲੋਕ ਨੇ ਜਿਹੜੇ ਸੁਪਨੇ ਵਿੱਚ ਵੀ ਭਗਤੀ ਨਹੀਂ ਕਰ ਸਕਦੇ, ਬਾਕੀ ਤਾਂ ਗੱਲ ਹੀ ਛੱਡੀ ਹੈ। ਵਾਸ਼ਨਾ ਭਰਿਆ ਹੋਇਆ ਬੰਦਾ, ਉਹਦੀ ਸੁਰਤ ਨਹੀਂ ਜੁੜਦੀ। ਕ੍ਰੋਧੀ ਬੰਦਾ ਜਿਹੜਾ, ਉਹ ਇਹ ਹੀ ਨਹੀਂ ਦੇਖਦਾ ਵੀ ਉਹਨੇ ਬਾਪ ਨੂੰ ਕੀ ਕਹਿਣਾ, ਭਰਾ ਨੂੰ ਕੀ ਕਹਿਣਾ, ਪਰਿਵਾਰ ਨੂੰ ਕੀ ਕਹਿਣਾ। ਕ੍ਰੋਧੀ ਬੰਦਾ ਆਪਣੇ ਸ਼ੁਭ ਕਾ ਜਿਹੜੇ ਗੁਣ ਨੇ ਉਹਨਾਂ ਨੂੰ ਨਾਸ਼ ਕਰ ਲੈਂਦਾ। ਕਿਰਪਾ ਕਰਿਓ ਜਰਾ, ਕ੍ਰੋਧੀ ਬੰਦਾ ਆਪਣੇ ਗੁਣਾਂ ਨੂੰ ਨਾਸ਼ ਕਰ ਲੈਂਦਾ, ਕਿਉਂਕਿ ਕ੍ਰੋਧ ਵਿਰੋਧ ਪੈਦਾ ਕਰਦਾ ਤੇ ਵਿਰੋਧ ਚੋਂ ਵੈਰੀ ਨਿਕਲਦੇ ਨੇ, ਤੇ ਵੈਰੀ ਨੂੰ ਕੌਣ ਦੇਖਣਾ ਚਾਹੁੰਦਾ, ਕੋਈ ਦੇਖਣਾ ਚਾਹੁੰਦਾ ਵੈਰੀ ਨੂੰ। ਇਹ ਕ੍ਰੋਧੀ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ, ਕਾਮੀ ਕ੍ਰੋਧੀ ਲਾਲਚੀ। ਲਾਲਚੀ ਬੰਦਾ ਜਿਹੜਾ ਆ, ਉਹਦੇ ਹੱਥ ਰੱਬ ਵੀ ਆ ਜਾਏ ਤਾਂ ਉਹਨੇ ਵੇਚ ਦੇਣਾ। ਫਿਰ ਸੁਣਨਾ ਜ਼ਰਾ, ਉਹਦੇ ਹੱਥ ਰੱਬ ਵੀ ਆ ਜਾਏ ਤਾਂ ਉਹਨੇ ਉਹਦੀ ਵੀ ਨਿਲਾਮੀ ਕਰ ਦੇਣੀ ਆ, ਉਹ ਲਿਹਾਜ਼ ਨਹੀਂ ਕਰਦਾ। ਤੇ ਪਾਤਸ਼ਾਹ ਕਹਿੰਦੇ, ਲੋਭੀ ਕਾ ਵਿਸਾਹ ਨਾ ਕੀਜੀ। ਦੇਖੀ ਕਿਤੇ ਇਹਦੇ ਤੇ ਭਰੋਸਾ ਨਾ ਕਰ ਬੈਠੀ, ਇਹਨੇ ਤੈਨੂੰ ਵੇਚ ਜਾਣਾ ਕਿਸੇ ਵੇਲੇ। ਕਹਿ ਦਿਓ ਸਤਨਾਮ। ਵਾਹਿਗੁਰੂ। ਬੇਨਤੀ ਕਰ ਰਿਹਾ, ਬੇਨਤੀ ਨੂੰ ਸੁਣ ਲੈਣਾ। ਮੈਂ ਬੇਨਤੀ ਕਰ ਰਿਹਾ ਸੀ, ਇਹਦੀ ਸੁਰਤ ਕਿੱਥੇ ਰਹਿੰਦੀ ਆ? ਪਰਮਾਤਮਾ ਵਿੱਚ ਤੇ ਤਾਂ ਕਿਤੇ ਕੋਈ ਕੋਟਨ ਮੈਂ ਕਹੂ ਨਾਰਾਇਣ ਜੇ ਜੀਤ, ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਸ ਦੀ ਸੁਰਤ ਪਰਮੇਸ਼ਰ ਵੱਲ ਜਲਦੀ ਹੈ। ਪਾਤਸ਼ਾਹ ਨੇ ਇਸ ਕਲਯੁੱਗ ਦੀ ਇੱਕ ਤਸਵੀਰ ਖਿੱਚੀ ਹੈ। ਸਤਿਗੁਰ ਕਹਿੰਦੇ, ਕਲਯੁੱਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹ ਵਾਹ। ਸੁਣਨਾ ਜ਼ਰਾ ਦੀ ਪੰਕਤੀ, ਪੜ੍ਹਿਆ ਕਰੋ ਬਾਣੀ, ਪੜ੍ਹਿਆ ਕਰੋ। ਮੈਂ ਬੇਨਤੀ ਕਰਦਾ, ਬਹੁਤੇ ਨਹੀਂ ਤੇ ਰੋਜ਼ ਦੇ ਘੱਟੋ ਘੱਟ 20 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੱਧਾ ਘੰਟਾ ਕੁ ਲੱਗਦਾ। ਪਿਆਰ ਨਾਲ ਪੜ੍ਹੋ, ਨਾਲੇ ਸੋਚ ਹੀ ਆ ਜਾਏਗੀ ਵੀ ਕੀ ਕਹਿੰਦੇ ਨੇ ਪਾਤਸ਼ਾਹ। ਇਹ 1430 ਅੰਗ ਗੁਰਬਾਣੀ ਦੇ ਇਹਨੂੰ ਬੰਦਾ ਬਣਾਉਣ ਲਈ ਹੈ। ਇਹਨੂੰ ਬੰਦਾ ਬਣਾਉਣ ਲਈ, ਇਹ ਦੇਖਣ ਨੂੰ ਬੰਦਾ ਲੱਗਦਾ, ਇਹ ਬੰਦਾ ਹੈ ਨਹੀਂ। ਹੁਕਮ ਪਛਾਣੇ ਏਕੋ ਜਾਣੇ, ਬੰਦਾ ਕਹੀਏ ਸੋਈ। ਕਿੱਥੇ ਹੁਕਮ ਪਛਾਣਿਆ? ਬੰਦਾ ਹੈ ਹੀ ਕਿੱਥੇ? ਬੰਦਗੀ ਤੋਂ ਬਗੈਰ ਬੰਦਾ ਹੋ ਹੀ ਨਹੀਂ ਸਕਦਾ। ਸਤਿਗੁਰ ਕਹਿੰਦੇ, ਪਸ਼ੂ ਪਸ਼ੂ ਚੰਗਿਆਈ ਕਰਦੇ ਨੇ, ਖੜ ਖਾਹੇ ਅੰਮ੍ਰਿਤ ਦੇ ਆਦੇਖ ਰੁੱਖਾ ਸੁੱਖਾ ਭੋਜਨ ਕਰਦੇ ਨੇ, ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਇਹ ਅੰਮ੍ਰਿਤ ਵਰਗੇ ਪਦਾਰਥ ਖਾ ਕੇ ਗੰਦਗੀ ਦੀ ਮਸ਼ੀਨ ਬਣਿਆ। ਪਤਾ ਨਹੀਂ ਕਿੰਨੇ ਟਨ ਆਟਾ ਖਾ ਗਿਆ, ਕਿੰਨੇ ਟਨ ਪਦਾਰਥ ਖਾ ਗਿਆ, ਕਿੰਨੇ ਟਨ ਦੁੱਧ ਪੀ ਗਿਆ ਤੇ ਗੰਦਗੀ ਬਣਾ ਕੇ ਸੁੱਟ ਦਿੱਤੀ। ਆਖੋ ਸਤਨਾਮ। ਵਾਹਿਗੁਰੂ। ਇਹ ਸਵਾਰਦਾ ਹੈ, ਆਪਣੇ ਆਪ ਨੂੰ ਸਵਾਰਦਾ ਰਹਿੰਦਾ। ਪਾਤਸ਼ਾਹ ਇਸਨੂੰ ਬਾਰ ਬਾਰ ਕੁਝ ਪੁੱਛਦੇ ਨੇ। ਮਨ ਰੇ ਕਵਨ ਕਮਤ ਤੈ ਲੀਨੀ, ਕਿੱਥੋਂ ਖੋਟੀ ਮਤ ਲੈ ਕੇ ਆ ਗਿਆ ਮਨਾ,
ਤੇਰੀ ਇੱਛਾ ਕਿਉਂ ਨਹੀਂ ਕਰਦੀ ਗੁਰੂ ਦੇ ਬਚਨ ਸੁਣ ਲਈ ਤੂੰ ਸੁਖੀ ਚਾਹੁੰਦਾ ਆ ਜਿੰਨੇ ਅਸੀਂ ਬੈਠੇ ਹਾਂ ਅਸੀਂ ਸੁੱਖ ਚਾਹੁੰਦੇ ਹਾਂ ਸੁੱਖ ਸਾਡੇ ਪ੍ਰਾਣਾਂ ਦੀ ਭੁੱਖ ਹੈ ਪਰ ਸੱਚ ਦੱਸਿਓ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ ਕਦੇ ਜ਼ਿੰਦਗੀ 'ਚ ਸੁੱਖ ਮਿਲਿਆ ਹੈ ਸੱਚ ਦੱਸਿਓ ਕਦੇ ਕੋ ਪਲ ਆਇਆ ਜ਼ਿੰਦਗੀ 'ਚ ਕਦੇ ਸੁੱਖ ਅਨੁਭਵ ਕੀਤਾ ਹੋਵੇ ਸੁੱਖ ਮਿਲਿਆ ਹੋਵੇ ਅਤੇ ਪਾਤਸ਼ਾਹ ਕਹਿੰਦੇ ਸੁੱਖ ਨਾ ਹੀ ਰੇ ਹਰ ਭਗਤ ਬਿਨਾ ਪ੍ਰਭੂ ਭਗਤੀ ਤੋਂ ਬਗੈਰ ਸੁੱਖ ਮਿਲਣਾ ਨਹੀਂ ਅਸਲ 'ਚ ਕਿਸੇ ਨੇ ਇਹਦੀ ਖੋਪਰੀ 'ਚ ਵਿੱਚ ਗੱਲ ਪਾ ਦਿੱਤੀ ਉਹ ਕੀ ਵੀ ਜਿਹਦੇ ਕੋਲ ਮਾਇਆ ਹੁੰਦੀ ਹੈ ਉਹਦੇ ਕੋਲ ਸਾਰੇ ਸੁੱਖ ਹੁੰਦੇ ਨੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਕਿਉਂ ਹੈ ਕਿ ਨਹੀਂ ਇਹ ਖੋਪਰੀ ਇਹਦੀ 'ਚ ਵੀ ਇਕੱਠੀ ਕਰ ਲਓ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਪਾਤਸ਼ਾਹ ਕਹਿੰਦੇ ਜਿੱਥੇ ਜ਼ਿਆਦਾ ਹੈ ਉੱਥੇ ਚਿੰਤਾ ਆ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ ਜਿਹਦੇ ਹੈ ਨਹੀਂ ਉਹ ਭਟਕਦਾ ਫਿਰਦਾ ਵੀ ਕਿਤਿਓਂ ਇਕੱਠੀ ਹੋ ਜਾਏ ਅਤੇ ਪਾਤਸ਼ਾਹ ਕਹਿੰਦੇ ਨੇ ਪਾਪਾਂ ਵਾਜੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਕਿਉਂ ਜੀ ਕਿੰਨੀ ਖਿਚਾਈ ਪਈ ਆ ਕਦੇ ਇਹ ਵੀ ਮਨ ਨੇ ਕਿਹਾ ਕਿ ਸਭ ਕੁਛ ਬਹੁਤ ਤੋਂ ਬਹੁਤ ਉਪਾਇਆ ਦਾਤਾ ਤੁਸੀਂ ਬਹੁਤ ਕੁਝ ਬਖਸ਼ਿਆ ਤੁਹਾਡੀਆਂ ਬੜੀਆਂ ਮਿਹਰਾਂ ਤੁਸੀਂ ਕਦੇ ਆਏ ਹੋ ਗੁਰਦੁਆਰਾ ਸਾਹਿਬ ਕਦੇ ਸਤਿਗੁਰ ਦਾ ਧੰਨਵਾਦ ਕਰਨ ਲਈ ਆਏ ਹੋ ਪਾਤਸ਼ਾਹੀ ਮੂਰਖ ਤਾਂ ਇਸ ਕਾਬਲ ਹੀ ਨਹੀਂ ਸੀ ਇੱਕ ਦਿਨ ਇਸ ਤਰ੍ਹਾਂ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਗੁਰਦੁਆਰਾ ਸਾਹਿਬ ਆ ਜਾਣਾ ਅਤੇ ਅਰਦਾਸ ਕਰਨੀ ਦਾਤਾ ਜੀ ਅੱਜ ਮੈਂ ਕੁਝ ਮੰਗਣ ਨਹੀਂ ਆਇਆ ਆਹ ਸੁਣਨਾ ਦਾ ਅੱਜ ਮੈਂ ਕੁਝ ਮੰਗਣ ਨਹੀਂ ਆਇਆ ਤੁਹਾਡੇ ਤੋਂ ਅੱਜ ਮੈਂ ਸਿਰਫ ਧੰਨਵਾਦ ਕਰਨਾ ਹੈ ਦਾਤਾ ਇਹ ਮੂਰਖ ਤਾਂ ਇਸ ਕਾਬਲ ਹੀ ਨਹੀਂ ਸੀ ਜੋ ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਜੋ ਆਪ ਜੀ ਨੇ ਬਖਸ਼ਿਆ ਇਹ ਮੂਰਖ ਕਿੱਥੇ ਕਾਬਲ ਸੀ ਪਾਤਸ਼ਾਹ ਇਸ ਨੂੰ ਕਹਿ ਕੇ ਸੁਣਾਉਂਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਤੀ ਦਰਿਆ ਰੇ ਇਹਨੇ ਤਾਂ ਕਦੇ ਸਮਝਿਆ ਨਹੀਂ ਮੈਂ ਅਪਰਾਧੀ ਹਾਂ ਕਦੇ ਲੱਗਾ ਆਪਣੇ ਆਪ ਨੂੰ ਵੀ ਪਾਪੀ ਆ ਇਹ ਅਪਰਾਧੀ ਆ ਇਹ ਤਾਂ ਕਹਿੰਦਾ ਮੇਰੇ ਵਰਗਾ ਸਰਦਾਰ ਲੱਭਣਾ ਹੀ ਨਹੀਂ ਕੋਈ ਮੇਰੇ ਵਰਗਾ ਬੰਦਾ ਨਹੀਂ ਇਲਾਕੇ 'ਚ ਲੱਭਣ ਕੋਈ ਲੱਭ ਕੇ ਤਾਂ ਦਿਖਾਏ ਅਤੇ ਪਾਤਸ਼ਾਹ ਕੁਝ ਹੋਰ ਕਹਿੰਦੇ ਨੇ ਆ ਦੇਖ ਤੂੰ ਮੰਨ ਲੈ ਇੰਨੀ ਗੱਲ ਕਹਿ ਦੇ ਇਹ ਪਤਾ ਕੀ ਕਹਿੰਦਾ ਜੇ ਬ੍ਰਹਮ ਗਿਆਨੀ ਨਹੀਂ ਤੇ ਗਿਆਨੀ ਤਾਂ ਹੈਗੇ ਹੀ ਆ ਨਾ ਆਖੋ ਸਤਨਾਮ ਵਾਹਿਗੁਰੂ ਜੇ ਗਿਆਨੀ ਨਹੀਂ ਪੰਜ ਬਾਣੀਆਂ ਤਾਂ ਪੜ੍ਹਦਾ ਹੀ ਆ ਜੇ ਪੰਜ ਨਹੀਂ ਤਾਂ ਘੱਟੋ ਘੱਟ ਜਪਜੀ ਸਾਹਿਬ ਤੇ ਕਰਦੇ ਹਾਂ ਕਹਿੰਦੇ ਨਹੀਂ ਜਪਜੀ ਸਾਹਿਬ ਤਾਂ ਵਾਹਿਗੁਰੂ ਵਾਹਿਗੁਰੂ ਤਾਂ ਕਰ ਹੀ ਲਈਦਾ ਪਰ ਇਹ ਮੰਨਣ ਨਹੀਂ ਤਿਆਰ ਨਹੀਂ ਸਤਿਗੁਰ ਕਹਿੰਦੇ ਇੰਨੀ ਗੱਲ ਢਿੱਡੋਂ ਕਹਿ ਦੇ ਆ ਕੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਤੀ ਦਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਫਿਰ ਗਰਬਾਸ ਨਾ ਪਰਿਆ ਰੇ ਤੂੰ ਇੱਕ ਵਾਰੀ ਕਹਿ ਦੇ ਬਖਸ਼ਿਆ ਜਾਏਗਾ ਪਦਾਰਥਾਂ ਦਾ ਧਿਆਨ ਨਹੀਂ ਗੁਰਮੁਖ ਹੋ ਰਹਿੰਦਾ ਮੈਂ ਇੱਕ ਛੋਟਾ ਜਿਹਾ ਪ੍ਰਮਾਣ ਲੈ ਕੇ ਚੱਲਾਂ ਆਪ ਜੀ ਦੇ ਨਾਲ ਤਾਂ ਕਿ ਸੌਖੀ ਗੱਲ ਸਮਝ ਆ ਜਾਣੀ ਹੈ ਕਦੇ ਸੁਧਾਮਾ ਜੀ ਦਾ ਨਾਂ ਸੁਣਿਆ ਹੋਣਾ ਆਪ ਜੀ ਨੇ ਕ੍ਰਿਸ਼ਨ ਸੁਧਾਮਾ ਜੀ ਦਾ ਸੁਧਾਮੇ ਦੇ ਘਰੋਂ ਰੋਜ਼
ਉਹਦੇ ਘਰ ਵਾਲੀ ਬੀਬੀ ਸ਼ੀਲਾ ਕਹਿੰਦੀ ਰਹਿੰਦੀ ਸੀ, ਕਿਉਂਕਿ ਗੁਣ ਗਾਉਂਦਾ ਰਹਿੰਦਾ ਸੀ ਵੀ ਉਹ ਮੇਰੇ ਮਿੱਤਰ ਨੇ ਭਗਵਾਨ ਭਗਵਾਨ ਜੀ। ਉਹ ਕਹਿੰਦੇ ਹੁਣ ਤਾਂ ਗਰੀਬੀ ਇੰਨੀ ਆ ਗਈ ਵੀ ਚੂਹੇ ਵੀ ਘਰੋਂ ਭੱਜ ਗਏ, ਜਾ ਕੇ ਬੇਨਤੀ ਕਰਦੇ ਹੋ ਗਰੀਬੀ ਗਲਣ ਲਾ ਦੇ। ਇੱਕ ਦਿਨ ਤੰਗ ਆ ਕੇ ਗੁਆਂਢੀਆਂ ਦੇ ਕੋਈ ਸੱਤੂ ਲੈ ਲਏ ਤੇ ਪੋਟਲੀ ਚ ਪਾ ਕੇ ਦੇ ਦਿੱਤੇ ਤੇ ਤੋਰ ਦਿੱਤਾ। ਦੂਰ ਜਾ ਕੇ ਥੋੜ੍ਹੀ ਜਿਹੀ ਨਾ ਵਾਪਸ ਮੁੜਿਆ, ਉਹਨੂੰ ਗੁੱਸਾ ਬੜਾ ਆਇਆ, ਕਿਉਂਕਿ ਬੀਬੀਆਂ ਨੂੰ ਤੁਸੀਂ ਤਾਂ ਹੁਕਮ ਚਾੜ ਦੇਣਾ ਨਾ ਵੀ 10 ਬੰਦੇ ਆਏ ਚਾਹ ਬਣਾ ਲਾ, ਪਰ ਤੁਹਾਨੂੰ ਨਹੀਂ ਪਤਾ ਵੀ ਖੰਡ ਹੈਗੀ ਵੀ ਕਿ ਨਹੀਂ, ਮਿੱਠਾ ਹੈਗਾ ਵੀ ਕਿ ਨਹੀਂ, ਚਾਹ ਹੈਗਾ ਵੀ ਕਿ ਨਹੀਂ, ਇਹ ਤਾਂ ਇਹਨਾਂ ਨੂੰ ਪਤਾ ਨਾ। ਇੱਕ ਹੋਰ ਬੇਨਤੀ ਕਰਦਾ, ਕਿਤੇ ਗੁੱਸਾ ਨਾ ਕਰਿਓ, ਸਾਡੀ ਸਾਰੀ ਚੌਧਰ ਇਹਨਾਂ 'ਤੇ ਆ। ਇੱਕ ਵਾਰੀ 5-10 ਬੰਦੇ ਆਏ ਹੋਣ, ਇੱਕ ਵਾਰੀ ਕਹਿੰਦੇ ਮੈਥੋਂ ਨਹੀਂ ਚਾਹ ਚੂ ਬਣਦੀ, ਰੋਜ਼ ਤੁਰੇ ਰਹਿੰਦੇ, ਤੁਹਾਡੇ ਪੱਲੇ ਕੀ ਹੈ ਇਹਨਾਂ ਤੋਂ ਬਗੈਰ? ਆਖੋ ਸਤਨਾਮ ਵਾਹਿਗੁਰੂ। ਪੱਲੇ ਕੀ ਆ? ਜੇ ਕਿਸੇ ਕਿਸੇ ਦੀ ਸਰਦਾਰੀ ਆ ਤਾਂ ਇਹਨਾਂ ਦੇ ਸਿਰ 'ਤੇ ਆ। ਇਹ ਗੁਰੂ ਕਿਰਪਾ ਦੀ ਨਿਸ਼ਾਨੀ ਹੈ। ਸੋ ਕਿਉਂ ਮੰਦਾ ਆਖੀਏ, ਜਿੱਥ ਜੰਮੇ ਰਾਜਾਨ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੂੰ ਕਿਉਂ ਬੁਰਾ ਕਹਿਣਾ ਜਿਹਨਾਂ ਦੀ ਕੁੱਖ 'ਚ ਮਹਾਰਾਜੇ ਪੈਦਾ ਹੋਏ, ਜਿਹਨਾਂ ਦੀ ਕੁੱਖ 'ਚ ਸਤਿਗੁਰੂ ਵਰਗਿਆਂ ਨੇ ਸਰੀਰ ਧਾਰਨ ਕੀਤਾ, ਤੂੰ ਉਹਨਾਂ ਨੂੰ ਬੁਰਾ ਕਿਉਂ ਕਹਿਣਾ? ਖੈਰ ਮੈਂ ਉਸ ਪਾਸੇ ਨਾ ਜਾਵਾਂ। ਗੁੱਸਾ ਆ ਗਿਆ ਸ਼ੀਲਾ ਨੂੰ, ਕਹਿਣ ਲੱਗੀ ਹੁਣ ਕੀ ਗੱਲ ਹੋਈ? ਕਹਿੰਦੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ। ਕਹਿੰਦੇ ਕੋਈ ਬਾਕੀ ਹੈ ਸਲਾਹ ਕਰਨ? ਕਹਿੰਦੇ ਮੇਰੀ ਗੱਲ ਸੁਣ ਲੱਗ। ਇੱਕ ਵਾਰੀ ਗੱਲ ਸੁਣਨ 'ਚ ਕੀ ਹਰਜ ਹੈ? ਕਹਿੰਦੇ ਜੇ ਮੈਂ ਭਗਵਾਨ ਜੀ ਨੂੰ ਜਾ ਕੇ ਕਿਹਾ ਨਾ ਵੀ ਮੇਰੀ ਗਰੀਬੀ ਵਾਪਸ ਲੈ ਲਓ, ਅਤੇ ਉਹਨਾਂ ਨੇ ਲੈ ਲੈਣੀ ਹੈ, ਇਹਦੇ 'ਚ ਦੋ ਰਾਏ ਨਹੀਂ। ਪਰ ਅਫਸੋਸ ਇਸ ਗੱਲ ਦਾ ਵੀ ਉਹਨੇ ਆਪਣੇ ਕੋਲ ਨਹੀਂ ਰੱਖਣੀ, ਕਿਸੇ ਹੋਰ ਦੇ ਗਲ ਮੜ ਦੇਣੀ ਆ। ਆਖੋ ਸਤਨਾਮ ਵਾਹਿਗੁਰੂ। ਉਹਨੇ ਕਿਸੇ ਹੋਰ ਦੇ ਗਲ ਮੜ ਦੇਣੀ ਆ ਤੇ ਉਹਨੂੰ ਤਕਲੀਫ ਹੋਣੀ ਆ, ਸਾਨੂੰ ਸੁਭਾਅ ਪੈ ਗਿਆ ਗਰੀਬੀ 'ਚ ਰਹਿਣ ਦਾ, ਅਜੇ ਵੀ ਸੋਚ ਰਿਹਾ। ਆਖੋ ਸਤਨਾਮ ਵਾਹਿਗੁਰੂ। ਗੁਰਮੁਖਾਂ ਦੇ ਅੰਦਰ ਪਰਉਪਕਾਰ ਜਿਹੜਾ ਉਹ ਚਿੱਤ ਵਧਾ ਰਹਿੰਦਾ ਉਹ ਦੁਨੀਆਂ ਦੇ ਲੋਕੋ। ਦਇਆ ਬਿਨ ਸਿੱਧ ਕਸਾਈ, ਸਭ ਕੁਝ ਘਰ ਵਿੱਚ ਹੈ। ਅਸੀਂ ਛੋਟੇ ਹੁੰਦੇ ਦੇਖਦੇ ਸੀ ਮਜ਼ਾਲ ਆ, ਦਰਵਾਜ਼ਾ ਬਾਹਰ ਦਾ ਬੰਦ ਹੋ ਜਾਏ, ਜੇ ਕਿਤੇ ਬੰਦ ਹੋ ਜਾਂਦਾ ਸੀ ਤੇ ਬਜ਼ੁਰਗ ਝਿੜਕਦੇ ਸੀ ਬੀਬੀਆਂ ਨੂੰ, ਕਿਉਂ ਕਮਰ ਗਿਆ ਦਰਵਾਜ਼ਾ ਬੰਦ ਕੀਤਾ? ਜਦ ਵੀ ਫੁਲਕਾ ਪਕਾਉਣਾ ਤੇ 5-10 ਫੁਲਕੇ ਵੱਧ ਪਕਾਉਣੇ, ਕਿਉਂ? ਕੋਈ ਗਰੀਬ ਖਾਣ ਲਈ ਆ ਜਾਂਦਾ, ਕੋਈ ਸਾਧੂ ਫਕੀਰ ਆ ਜਾਂਦਾ, ਕੋਈ ਇੱਕ ਦਾ ਕੁੱਤੇ ਜਾਨਵਰਾਂ ਨੂੰ ਪਾ ਦੇਣਾ। ਹੁਣ ਤਾਂ ਇਹ ਬੀਬੀਆਂ ਪੁੱਛਦੀਆਂ ਨਹੀਂ, ਤੁਸੀਂ ਦੱਸੋ ਜੀ ਕਿੰਨੀ ਖਾਣੀ ਆ, ਕਾਕਾ ਤੁਸੀਂ ਦੱਸੋ ਕਿੰਨੀ ਖਾਣੀ ਆ, ਕੁੜੀਏ ਤੂੰ ਵੀ ਦੱਸ ਦੇ। ਤੇ ਜੇ ਉਹ 2 ਰੋਟੀਆਂ ਜ਼ਿਆਦਾ ਖਾ ਗਏ ਵਿਚਾਰੀ ਭੁੱਖੀ ਬੈਠੀ, ਕਿਤੇ ਮੈਥੋਂ ਨਹੀਂ ਪੱਕਦੀ। ਆਖੋ ਸਤਨਾਮ ਵਾਹਿਗੁਰੂ। ਇਹ ਹਾਲ ਇਸ ਸਮਾਜ ਦਾ ਹੋ ਗਿਆ ਜਿਹੜੇ ਆਪਣੇ ਰੋਟੀ ਪਕਾਉਣ ਲਈ ਤਿਆਰ ਨਹੀਂ ਤੇ ਕਹਿੰਦੇ ਇੱਥੋਂ ਕੋਈ ਬ੍ਰੈਡ ਫੜ ਲਿਆ। ਆਖੋ ਸਤਨਾਮ ਵਾਹਿਗੁਰੂ। ਮੈਂ ਉਸ ਸਮਾਜ ਦੀ ਗੱਲ ਕਰਦਾ ਜਿਹੜਾ ਬੜਾ ਪਰਉਪਕਾਰੀ ਸੀ। ਕਦੇ ਇੱਕ ਸਮਾਂ ਸੀ ਜਦ ਸਿੱਖ ਦੇ ਘਰ ਲੰਗਰ ਪੱਕ ਜਾਂਦਾ ਸੀ ਤੇ ਉਹ ਰਸਤੇ ਵਿੱਚ ਆ ਕੇ ਉੱਚੀ ਦੇ ਕੇ ਕਹਿੰਦਾ ਸੀ, ਗੁਰੂ ਨਾਨਕ ਦਾ ਲੰਗਰ ਤਿਆਰ ਹੈ, ਕੋਈ ਭੁੱਖਾ ਪਿਆਸਾ ਹੋਵੇ ਤੇ ਆ ਕੇ ਛਕ ਸਕਦਾ। ਹੁਣ ਤਾਂ ਬਾਹਰਲੇ ਗੇਟ ਨੂੰ ਲੌਕ ਲੱਗਾ ਹੋਇਆ, ਕੀੜੀ ਵੀ ਨਹੀਂ ਜਾਂਦੀ, ਮੰਗਣਾ ਕਿਸੇ ਨੇ ਕੀ ਆ? ਕੁੱਤੇ ਭੁੱਖੇ ਮਰ ਗਏ ਵਿਚਾਰੇ ਬਾਹਰ, ਬਾਕੀ ਤਾਂ ਗੱਲ ਛੱਡੋ, ਕਿਉਂਕਿ ਨੀਤ ਬੁਰੀ ਹੋ ਗਈ।
ਨੀਤ ਮਾੜੀ ਆ, ਇਹ ਨਹੀਂ ਵੀ ਪਦਾਰਥ ਹੈ ਨਹੀਂ, ਨੀਤ ਹੀ ਇੰਨੀ ਬੁਰੀ ਹੋ ਗਈ ਕੀ ਕਰਦਾ। ਪਾਤਸ਼ਾਹ ਕਹਿੰਦੇ ਖਸ ਖਸ ਲੇਵੇ ਬਸਤ ਪਰਾਈ, ਗਰੀਬ ਦੇ ਮੂੰਹ ਚੋਂ ਕੱਢ ਕੇ ਆਪਣਿਆਂ ਨੂੰ ਦੇਣਾ ਚਾਹੁੰਦਾ, ਦੇਖੇ ਸੁਣੇ ਤੇਰੇ ਨਾਲ ਖੁਦਾਈ, ਰੱਬ ਤੈਨੂੰ ਦੇਖਦਾ ਬਾਜ ਆ ਜਾ, ਸਜ਼ਾ ਬਹੁਤ ਵੱਡੀ ਮਿਲਣੀ ਤੂੰ ਹਟ ਜਾ, ਤੇਰਾ ਕੌਣ ਆ ਇੱਥੇ ਦੱਸ ਤੇ ਸਹੀ, ਦੱਸ ਤੇਰੇ ਨਾਲ ਆਇਆ ਕੌਣ ਇੱਥੇ, ਨਾ ਤਾਂ ਤੇਰੇ ਨਾਲ ਕੋਈ ਆਇਆ ਨਾ ਤੇਰੇ ਨਾਲ ਕਿਸੇ ਨੇ ਜਾਣਾ ਹੀ ਆ, ਤੇ ਤੂੰ ਇਹ ਤਾਂ ਗੱਲ ਦੱਸ, ਤੂੰ ਇਸ ਗੱਲ 'ਤੇ ਮਰ ਗਿਆ ਵੀ ਮੈਂ ਮੇਰਿਆਂ ਲਈ ਮਿਟ ਜਾਣਾ। ਅਤੇ ਪਾਤਸ਼ਾਹ ਕਹਿੰਦੇ ਤੂੰ ਇੱਕ ਗੱਲ ਕਹਿ ਦੇ ਕਿ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਉੱਪਰੋਂ ਉੱਪਰੋਂ ਕਹਿੰਦਾ ਮਹਾਰਾਜ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਪਰ ਕਬਜ਼ਾ ਰਹੂ ਮੇਰਾ, ਆਖੋ ਸਤਨਾਮ ਵਾਹਿਗੁਰੂ। ਮਜਾਲ ਆ ਇਹ ਕਿਸੇ ਨੂੰ ਵੱਟ ਤੋਂ ਲੰਘਣ ਦੇਵੇ, ਪਰ ਇਹਨੂੰ ਇਹ ਨਹੀਂ ਪਤਾ ਵੀ ਇੱਥੇ ਚੂਹੇ ਫਿਰਦੇ ਆ, ਜਿਸਦਿਨ ਤੈਨੂੰ ਲੈ ਜਾਣਗੇ ਚੂਹੇ ਇਹਦੇ ਮਾਲਕ ਹੋਣਗੇ, ਆਖੋ ਸਤਨਾਮ ਵਾਹਿਗੁਰੂ। ਮੇਰੇ ਪਾਤਸ਼ਾਹ ਕਹਿੰਦੇ ਜਲ ਜਾਓ ਇਹ ਬਡਪਨ, ਤੇਰੇ ਵੱਡੇਪਨ ਨੂੰ ਅੱਗ ਕਿਉਂ ਨਹੀਂ ਲੱਗ ਜਾਂਦੀ। ਮੈਂ ਸਿਰਫ ਗੁਰਬਾਣੀ ਆਪ ਜੀ ਦੇ ਸਾਹਮਣੇ ਰੱਖਦਾ, ਮੇਰਾ ਆਪਣਾ ਕੋਈ ਵਿਚਾਰ ਨਹੀਂ। ਜਲ ਜਾਓ ਇਹ ਵੱਡਪਨਾ, ਤੇਰੇ ਵੱਡੇਪਨ ਨੂੰ ਫੂਕ ਕਿਉਂ ਨਾ ਦਈਏ। ਪਾਤਸ਼ਾਹ ਕਹਿੰਦੇ ਜਲ ਜਾਓ ਇਹ ਵੱਡਪਨਾ, ਮਾਇਆ ਲਪਟਾਏ ਇੰਨੀ ਸੁਰਤ ਖਰਾਬ ਹੋ ਗਈ। ਹਰ ਵੇਲੇ ਸੁੱਤੇ ਜਾਗਦੇ ਇੱਕੋ ਹੀ ਗੱਲ ਕਹਿੰਦਾ, ਮਨ ਇੱਕੋ ਕਹਿੰਦਾ ਵੀ ਇੰਨੀ ਕੁ ਹੋ ਗਈ, ਥੋੜ੍ਹੀ ਜਿਹੀ ਹੋਰ ਹੋ ਜਾਏ, ਆਖੋ ਸਤਨਾਮ ਵਾਹਿਗੁਰੂ। ਫਿਰ ਸੁਣਨਾ ਜ਼ਰਾ, ਫਿਰ ਇੱਕੋ ਹੀ ਗੱਲ ਕਹਿੰਦਾ ਵੀ ਥੋੜ੍ਹੀ ਜਿਹੀ ਹੋਰ ਹੋ ਜਾਏ, ਬਸ ਥੋੜ੍ਹੀ ਜਿਹੀ ਹੋਰ ਨੇ ਇਹਨੂੰ ਫਾਹੇ ਲਾਇਆ ਪਿਆ। ਕਿੰਨੀ ਕੁ ਚਾਹੀਦੀ ਆ, ਹੈਰਾਨੀ ਦੀ ਗੱਲ ਨਹੀਂ ਵੀ ਬੈਂਕਾਂ ਭਰੀਆਂ ਪਈਆਂ ਨੇ, ਜੇਬਾਂ ਭਰੀਆਂ ਪਈਆਂ ਨੇ, ਘਰ ਭਰਿਆ ਪਿਆ, ਫਿਰ ਵੀ ਭੁੱਖਾ, ਫਿਰ ਵੀ ਭੁੱਖਾ, ਨੀਤ ਦਾ ਭੁੱਖਾ। ਜਦੋਂ ਅਸੀਂ ਜੰਮੇ ਪੈਦਾ ਹੋਏ ਸਨ 44 ਚ, ਉਦੋਂ ਗਰੀਬੀ ਹੁੰਦੀ ਸੀ, ਅੱਤ ਦੀ ਗਰੀਬੀ। 100 ਦਾ ਨੋਟ ਪਿੰਡ 'ਚ ਕਿਸੇ ਇੱਕ ਅੱਧੇ ਬੰਦੇ ਕੋਲ ਹੁੰਦਾ ਸੀ, ਹੁਣ ਤਾਂ ਨੋਟਾਂ ਦੀਆਂ ਥੱਡੀਆਂ ਪਈਆਂ, ਪਰ ਸ਼ਾਂਤੀ ਹੈ ਨਹੀਂ, ਆਖੋ ਸਤਨਾਮ ਵਾਹਿਗੁਰੂ। ਮੇਰੇ ਪਾਤਸ਼ਾਹ ਧੰਨ ਗੁਰ ਪੰਚਮ ਪਾਤਸ਼ਾਹ ਜੀ ਮਹਾਰਾਜ ਕਦੇ ਕਦੇ ਮੌਜ ਵਿੱਚ ਆ ਕੇ ਕਦੇ ਅੰਮ੍ਰਿਤਸਰ ਤੋਂ ਬਾਹਰ ਚਲੇ ਜਾਂਦੇ ਸਨ। ਅੱਜ ਮੇਰੇ ਪਾਤਸ਼ਾਹ ਜੀ ਨੂੰ ਫੁਰਸਤ ਮਿਲੀ ਹੈ ਸੰਗਤ ਦੇ ਨਾਲ ਭਾਈ ਵਿਧੀ ਚੰਦ ਸ਼ੀਨੇ ਨੂੰ ਨਾਲ ਲੈ ਕੇ ਚੱਲ ਪਏ ਨੇ ਤਰਨ ਤਾਰਨ ਵਾਲੇ ਪਾਸੇ। ਉਸ ਤੋਂ ਜਦ ਅੱਗੇ ਲੰਘੇ ਖਾਨਪੁਰ ਨਗਰ ਆਉਂਦਾ ਅੱਜ ਵੀ ਹੈ, ਵੱਡੇ ਵੱਡੇ ਚੌਧਰੀਆਂ ਅਤੇ ਸਰਦਾਰਾਂ ਦਾ ਨਗਰ ਸੀ ਉਹ। ਉੱਥੇ ਜਦ ਪਹੁੰਚੇ ਨੇ ਅਤੇ ਬਾਰਿਸ਼ ਅਤੇ ਹਨੇਰੀ, ਇੱਕਦਮ ਹਨੇਰ ਗੁੱਪ ਛਾ ਗਿਆ। ਬਾਬਾ ਵਿਧੀ ਚੰਦ ਜੀ ਕਹਿਣ ਲੱਗੇ, ਪਾਤਸ਼ਾਹ ਇੱਥੇ ਵੱਡੇ ਵੱਡੇ ਚੌਧਰੀ ਨੇ, ਕਿਉਂ ਨਾ ਬੇਨਤੀ ਮੈਂ ਕਰਕੇ ਆਵਾਂ, ਇੱਕ ਅੱਧਾ ਕਮਰਾ ਸਾਨੂੰ ਦੇ ਦੇਣ, ਹੁਣ ਵਾਪਸ ਅੰਮ੍ਰਿਤਸਰ ਨਹੀਂ ਜਾਇਆ ਜਾਣਾ, ਕਿਉਂਕਿ ਮੌਸਮ ਹੀ ਇੰਨਾ ਖਰਾਬ ਹੋ ਗਿਆ, ਮੂਸਲਾਧਾਰ ਵਰਖਾ ਹੋ ਰਹੀ ਹੈ। ਸਤਿਗੁਰ ਕਹਿੰਦੇ ਪੁੱਛ ਕੇ ਦੇਖ ਲੈ। ਇੱਕ ਚੌਧਰੀ ਗੇਟ 'ਤੇ ਖੜ੍ਹਾ ਸੀ, ਜਾ ਕੇ ਬੇਨਤੀ ਕੀਤੀ,
ਵੀ ਭਾਈ ਸਾਹਿਬ ਸਾਡੇ ਮਹਾਂਪੁਰਸ਼ ਸਾਡੇ ਨਾਲ ਨੇ, ਸਾਡੇ ਸਤਿਗੁਰੂ, ਸਾਨੂੰ ਤਾਂ ਕੋਈ ਫਰਕ ਨਹੀਂ, ਅਸੀਂ ਤਾਂ ਬਾਹਰ ਵੀ ਲੇਟ ਲਾਂਗੇ ਬਰਾਂਡੇ 'ਚ ਜੇ ਇੱਕ ਕਮਰਾ ਮਿਲ ਜਾਏ। ਕਹਿੰਦੇ ਤੁਸੀਂ ਮਹਾਂਪੁਰਸ਼ ਕਹਿੰਦੇ ਹੋ, ਮੈਂ ਹੰਕਾਰ ਦੀ ਹੱਦ ਦੱਸਣ ਲੱਗਾ ਆਪਣੀਆਂ, ਤੁਸੀਂ ਮਹਾਂਪੁਰਸ਼ ਕਹਿੰਦੇ ਹੋ, ਤੁਸੀਂ ਵੀ ਚੋਰ ਤੇ ਤੁਹਾਡਾ ਗੁਰੂ ਵੀ ਚੋਰ, ਆਖੋ ਸਤਨਾਮ ਵਾਹਿਗੁਰੂ। ਮੈਂ ਲਿਖਤੀ ਆਪ ਜੀ ਨਾਲ ਗੱਲ ਕਰ ਰਿਹਾ, ਫਰਜ਼ੀ ਗੱਲਾਂ ਨਹੀਂ ਕਰਦਾ, ਇਤਿਹਾਸ ਨਹੀਂ ਨਾ ਕਦੇ ਜ਼ਿੰਦਗੀ 'ਚ ਪੜਿਆ। ਬਾਬਾ ਵਿਧੀ ਚੰਦ ਜੀ ਵਾਪਸ ਆ ਗਏ, ਸੋਚਦੇ ਸੀ ਕਿ ਦੋ ਹੱਥ ਤਾਂ ਹੋ ਸਕਦੇ ਆ, ਪਰ ਮਹਾਰਾਜ ਗੁਰੂ ਮਹਾਰਾਜ ਜੀ ਨਾਲ ਨਹੀਂ ਕੋਈ ਐਸਾ ਨਾ ਭਾਣਾ ਵਰਤ ਜਾਏ। ਸਤਿਗੁਰ ਪੁੱਛਦੇ ਨੇ ਕੀ ਸੁਨੇਹਾ ਲਿਆਂਦਾ ਵਿਧੀ ਚੰਦ ਜੀ, ਕਹਿੰਦੇ ਮਹਾਰਾਜ ਉਸਨੇ ਬੜੇ ਫਿੱਕੇ ਸ਼ਬਦ ਬੋਲੇ ਨੇ। ਮੈਂ ਕੀ ਬੋਲਿਆ? ਕਹਿੰਦੇ ਤੁਸੀਂ ਮਹਾਂਪੁਰਸ਼ ਕਹਿੰਦੇ ਹੋ, ਉਹ ਵੀ ਚੋਰ ਤੇ ਤੁਸੀਂ ਵੀ ਚੋਰ। ਸਤਿਗੁਰ ਕਹਿੰਦੇ ਵਿਧੀ ਚੰਦ, ਜਿਸ ਨੂੰ ਅਸੀਂ ਮਿਲਣ ਆਏ ਹਾਂ ਉਸਨੇ ਆਪੇ ਆ ਜਾਣਾ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਜਿਸ ਨੂੰ ਅਸੀਂ ਆਏ ਹਾਂ ਮਿਲਣ, ਜਿਹੜਾ ਯਾਦ ਕਰਦਾ ਰਹਿੰਦਾ ਉਸਨੂੰ ਦਰਸ਼ਨ ਦੇਣ ਆਏ ਹਾਂ, ਉਸਨੇ ਆਪੇ ਆ ਜਾਣਾ। ਇਸ ਨਗਰ ਦੇ ਬਾਹਰ ਬਾਹਰ ਇੱਕ ਛੱਪਰੀ ਹੈ ਜਿੱਥੇ ਭਾਈ ਹੇਮਾ ਰਹਿੰਦਾ ਹੈ। ਬਿਰਤ ਅਵਸਥਾ ਹੈ ਪਰ ਅਥਾਹ ਸ਼ਰਧਾ ਹੈ। ਪਾਤਸ਼ਾਹ ਜੀ ਕੋਲ ਆਇਆ, ਬੇਨਤੀ ਕੀਤੀ, ਦਾਤਾ ਜੀ ਦਾਸ ਦੀ ਚੌਪੜੀ ਵਿੱਚ ਕਿਰਪਾ ਕਰੋ, ਚਰਨ ਪਾਓ। ਗੁਰੂ ਨਾਨਕ ਯਾਰ ਗਰੀਬਾਂ ਦਾ, ਸਾਡੇ ਘਰ ਤਾਂ ਸ਼ਰਾਬੀ ਆਉਂਦੇ ਨੇ ਬਿਸਕੀ ਲੈ ਕੇ, ਬਰਾਂਡੀ ਲੈ ਕੇ, ਅਸੀਂ ਉਹਨਾਂ ਲਈ ਰੱਖੀ ਹੋਈ ਹੈ ਬਣਾਉਣ ਲਈ ਗੁੜਵਾਂ ਲਈ। ਸਾਨੂੰ ਨਹੀਂ ਪਤਾ ਗੁਰੂ ਕੀ ਹੁੰਦਾ, ਪਖੰਡ ਸਾਨੂੰ ਬਹੁਤ ਆਉਂਦੇ ਨੇ, ਸਾਨੂੰ ਸੱਚ ਦਾ ਨਹੀਂ ਪਤਾ। ਅਸੀਂ ਸਾਨੂੰ ਡਰੀ ਕੋਈ ਨਹੀਂ, ਸਾਨੂੰ ਭੈ ਹੀ ਨਹੀਂ ਗੁਰੂ ਦਾ। ਅੰਦਰ ਡਰ ਹੋਵੇ ਥੋੜ੍ਹਾ ਬਹੁਤਾ ਤਾਂ ਪਾਪ ਕਰਨ ਰੁਕ ਸਕਦਾ। ਅਮਰ ਪਾਤਸ਼ਾਹ ਜੀ ਹੇਮੇ ਦੀ ਉਸ ਛੱਪਰੀ 'ਚ ਚੱਲ ਗਏ। ਇਤਿਹਾਸਕਾਰ ਲਿਖਦਾ ਕਹਿੰਦੇ ਇੱਕ ਸਿਰਫ ਪੁਰਾਣੀ ਕੰਬਲੀ ਹੈ ਉਹਦੇ ਕੋਲ, ਖੁਰਦਰੀ ਜੀ, ਉਹ ਵੀ ਅੱਧੀ ਥੱਲੇ ਵਿਛਾ ਦਿੱਤੀ, ਅੱਧੀ ਪਾਤਸ਼ਾਹ ਜੀ ਦੇ ਉੱਪਰ ਦੇ ਦੀ, ਤੇ ਆਪ ਚਰਨ ਘੁੱਟਣ ਲੱਗ ਪਿਆ। ਮੇਰੇ ਪਾਤਸ਼ਾਹ ਜੀ ਵਿਸਮਾਦ ਵਿੱਚ ਚਲੇ ਗਏ, ਜਿਹਨੂੰ ਮਹਾਂਆਨੰਦ ਕਹਿੰਦੇ ਨੇ, ਤੇ ਸ਼ਬਦ ਉਚਾਰਨ ਕਰਨਾ ਸ਼ੁਰੂ ਕਰਦਾ। ਪਲੀ ਸੁਹਾਵੀ ਸ਼ਾਪਲੀ ਕਾਮ
ਆਨੰਦ ਵਿੱਚ ਆ ਜਾਏ, ਭਾਵਕ ਹੋ ਜਾਏ। ਸਾਡੇ ਘਰ ਸ਼ਰਾਬੀ ਤਾਂ ਆ ਸਕਦੇ ਆ, ਪਰ ਕੋਈ ਗੁਰਮੁਖ ਨਹੀਂ ਆ ਸਕਦਾ। ਕਦੇ ਜ਼ਿੰਦਗੀ 'ਚ ਗਿਣੋਗੇ, ਕਦੇ ਸੰਤਾਂ ਮਹਾਂਪੁਰਸ਼ਾਂ ਨੂੰ, ਗੁਰਮੁਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਤੁਸੀਂ ਇਹ ਕਿਹਾ ਹੋਵੇ, ਚਲੋ ਸਾਡੇ ਚਾਹ ਹੀ ਪੀ ਜਾਓ, ਪ੍ਰਸ਼ਾਦਾ ਹੀ ਛੱਡ ਜਾਓ। ਅਤੇ ਪਾਤਸ਼ਾਹ ਕਹਿੰਦੇ ਜਿਹ ਘਰ ਸਾਧ ਨਾ ਸੇਵੀਐ, ਜਿੱਥੇ ਗੁਰਮੁਖ ਨਹੀਂ ਆਉਂਦੇ, ਜਿਹ ਘਰ ਸਾਧ ਨਾ ਸੇਵੀਐ, ਹਰ ਕੀ ਪੂਜਾ ਨਾ ਹੈ, ਸੇ ਘਰ ਮਰਹਟ ਸਾਰਖੇ ਭੂਤ ਵਸੈ ਤਿੰਨ ਮਾਹੇ। ਤੂੰ ਕਹਿੰਦਾ ਮੇਰੀ ਕੋਠੀ ਆ, ਸਤਿਗੁਰ ਕਹਿੰਦੇ ਇੱਥੇ ਭੂਤ ਰਹਿੰਦੇ ਨੇ, ਆਖੋ ਸਤਨਾਮ ਵਾਹਿਗੁਰੂ। ਬੰਦਿਆਂ ਵਾਲੀ ਕੋਈ ਗੱਲ ਹੀ ਹੈ ਨਹੀਂ। ਮੇਰੇ ਪਾਤਸ਼ਾਹ ਜੀ ਦੇ ਚਰਨ ਘੁੱਟਣ ਲੱਗ ਪਿਆ ਭਾਈ ਹੇਮਾ। ਸਤਿਗੁਰ ਕਹਿਣ ਲੱਗੇ ਹੇਮਿਆ, ਤੂੰ ਇੰਨਾ ਕਿਉਂ ਯਾਦ ਕਰਦਾ ਰਹਿੰਦਾ ਅਤੇ ਇੱਕ ਮੌਸਮ, ਇਸ ਮੌਸਮ ਵਿੱਚ ਸਾਨੂੰ ਆਉਣਾ ਪਿਆ ਤੈਨੂੰ ਦਰਸ਼ਨ ਦੇਣ। ਕਾਸ਼ ਕਿਤੇ ਸਾਡਾ ਵੀ ਹਿਰਦਾ ਸ਼ੁੱਧ ਹੁੰਦਾ। ਜਾ ਕਾ ਹਿਰਦਾ ਸ਼ੁੱਧ ਹੈ, ਖੋਜ ਸ਼ਬਦ ਮੈਂ ਲੈ। ਪਿਆਰੀ ਹੈ ਪ੍ਰੇਮ ਦੀ ਰੀਤ, ਬਹੁਤ ਪਿਆਰੀ ਹੈ ਦੁਨੀਆਂ ਨਾਲ। ਪੜ੍ਹਿਓ ਜਰਾ ਮੇਰੇ ਨਾਲ। ਪ੍ਰੀਤ ਨਿਆਰੀ ਹੈ ਪ੍ਰੇਮ ਦੀ ਦੁਨੀਆ ਨਾਲੋਂ, 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 ਪ੍ਰੀਤ ਦੀ ਦੁਨੀਆ ਛੱਪੜੀ ਵਿੱਚ ਪਾਤਸ਼ਾਹ ਲੇਟੇ ਹੋ ਗਏ ਨੇ, ਅੱਧੀ ਰਾਤ ਲੰਘ ਗਈ। ਸਤਿਗੁਰ ਪੁੱਛਦੇ ਨੇ ਹੇਮਿਆ ਕਿਵੇਂ ਯਾਦ ਕਰਦਾ, ਕਿਵੇਂ ਵਾਜਾਂ ਮਾਰਦਾ। ਕਹਿੰਦੇ ਪਾਤਸ਼ਾਹ ਜਦ ਸੰਸਾਰ ਸੌਂ ਜਾਂਦਾ, ਮਹਾਂਪੁਰਸ਼ ਟਾਂਡੇ ਹੋਏ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਪ੍ਰੀਤ ਤਾਂ ਸਿੱਖ ਤੇ ਗੁਰੂ ਦੀ ਹੈ, ਤੀਜਾ ਤਾਂ ਆ ਹੀ ਨਹੀਂ ਸਕਦਾ। ਵਿੱਚ ਤੇਰੇ ਵਿੱਚੋਂ ਭੀੜ ਹੀ ਨਹੀਂ ਮੁੱਕਦੀ, ਕੀਤਾ ਕੀ ਜਾਏ।
ਤੂੰ ਤਾਂ ਭੀੜ 'ਚ ਖੁਸ਼ ਰਹਿੰਦਾ, ਗਿੱਧਾ ਪਾਉਣਾ ਕਿਤੇ ਇਕੱਲੇ ਰਹਿਣਾ ਪੈ ਜਾਏ, ਤੂੰ ਕਿੰਨਾ ਘਰ ਖਾਣ ਨੂੰ ਆਉਂਦਾ। ਕਹਿੰਦੇ ਸਤਿਗੁਰੂ ਜਦੋਂ ਦੁਨੀਆ ਸੌਂ ਜਾਂਦੀ ਹੈ, ਸ਼੍ਰੀ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜਦ ਸੰਸਾਰ ਸੌਂ ਜਾਏ ਤੂੰ ਜਾਗ ਜਾ, ਜਦੋਂ ਇਹ ਜਾਗ ਜਾਣ ਤੂੰ ਸੌਂ ਜਾ, ਜਦੋਂ ਇਹ ਜਾਗ ਗਿਆ ਫਿਰ ਤੈਨੂੰ ਇਹਨੇ ਕੱਖ ਨਹੀਂ ਕਰਨ ਦੇਣਾ, ਫਿਰ ਤਾਂ ਇਹਨਾਂ ਨੇ ਆਪਣੇ ਧੰਦੇ 'ਚ ਲਾ ਹੀ ਲੈਣਾ ਤੈਨੂੰ, ਫਿਰ ਤਾਂ ਤੂੰ ਖੁਸ਼ ਵੀ ਰਹਿੰਦਾ ਵੀ ਪੁੱਤਾਂ ਨੂੰ ਆਹ ਕੁਝ ਕਰ ਦਿੱਤਾ, ਘਰਦਿਆਂ ਨੂੰ ਆਹ ਕੁਝ ਬਣਾ ਦਿੱਤਾ, ਆਪਣੇ ਲਈ ਦੱਸ ਨੰਗਾ ਦੋਜ਼ਖ ਚਾਲਿਆ ਦਿਸੈ ਖਰਾ ਡਰਾਵਣਾ, ਦੱਸ ਤਾਂ ਸਹੀ ਉੱਥੇ ਲੇਖਾ ਜਦ ਦੇਣਾ ਪਿਆ ਫਿਰ ਕੌਣ ਤੇਰਾ ਹੈ ਇੱਥੇ। ਕਹਿੰਦੇ ਦਾਤਾ ਜਦ ਸੰਸਾਰ ਸੌ ਜਾਂਦੇ ਸੀ ਫਿਰ ਮੇਰੀ ਸੁਰਤ ਆਪ ਜੀ ਦੇ ਚਰਨਾਂ ਵਿੱਚ ਚਲੀ ਜਾਂਦੀ ਸੀ ਤੇ ਮੈਂ ਗਾਉਣਾ ਸ਼ੁਰੂ ਕਰ ਦਿੰਦਾ ਸੀ। ਸਾਰਾ ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾ ਮਾਲਕਾ, ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾ ਮਾਲਕਾ, ਸਾਰਾ ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾ ਮਾਲਕਾ, ਸਾਰਾ ਨਗਰ ਪਵਿੱਤਰ ਹੋ ਮੇਰੇ ਘਰ ਆ ਜਾ ਮਾਲਕਾ, ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾ ਮਾਲਕਾ, ਸਾਰਾ ਨਗਰ ਪਵਿੱਤਰ ਹੋ ਜਾਏ ਮੇਰੇ ਘਰ ਆ ਜਾ ਮਾਲਕਾ। ਚਿੰਤਾ ਵਿੱਚ ਕਿਉਂ ਰਹਿੰਦਾ ਦੱਸੋਗੇ? ਚਿੰਤਾ ਵਿੱਚ ਰਹਿਣ ਦਾ ਕਾਰਨ ਇੱਕੋ ਹੀ ਹੈ, ਜਿਹੜਾ ਇਹ ਚਿੰਤਾ ਦੀ ਚਿਖਾ 'ਤੇ ਸੜਦਾ ਰਹਿੰਦਾ ਦਿਨ ਰਾਤ, ਇਹਦਾ ਇੱਕੋ ਹੀ ਕਾਰਨ ਹੈ, ਸੰਤੋਖ ਦੀ ਕਮੀ ਹੈ। ਆਖੋ ਸਤਨਾਮ ਵਾਹਿਗੁਰੂ। ਚਿੰਤਾ ਵਿੱਚ ਰਹਿਣ ਦਾ ਕਾਰਨ ਸੰਤੋਖ ਦੀ ਕਮੀ ਹੈ, ਜਦੋਂ ਹੋਰ ਲੈਣ ਦਾ ਯਤਨ ਕਰਦਾ ਤੇ ਮਿਲਦਾ ਨਹੀਂ ਤਾਂ ਦੁਖੀ ਹੁੰਦਾ ਹੈ। ਆਖੋ ਸਤਨਾਮ ਵਾਹਿਗੁਰੂ। ਫਿਰ ਇਹ ਪਰੇਸ਼ਾਨ ਹੁੰਦਾ ਕਿਉਂਕਿ ਮਨ ਕਦੇ ਰੱਜਦਾ ਹੀ ਨਹੀਂ ਸੁਲਝੇ, ਕਦੇ ਰੱਜਿਆ ਤੁਹਾਡਾ ਮਨ ਆਇਆ ਕਦੇ ਡਕਾਰ, ਜਿੱਦਾਂ ਫੁਲਕਾ ਛੱਕ ਲੈਂਦੇ ਹੋ ਤੇ ਹੋਰ ਮਾਇਆ ਨਹੀਂ ਚਾਹੀਦੀ। ਆਖੋ ਸਤਨਾਮ ਵਾਹਿਗੁਰੂ। ਮੇਰੇ ਪਾਤਸ਼ਾਹ ਬਚਨ ਕਰਦੇ ਨੇ, ਬੇਨਤੀ ਕੀਤੀ ਦਾਤਾ ਜੀ, ਪ੍ਰੇਮ ਕਿਹੋ ਜਿਹਾ ਸਿੱਖ ਦਾ ਤੇ ਗੁਰੂ ਦਾ ਹੋਣਾ ਚਾਹੀਦਾ। ਕਦੇ ਤੁਸੀਂ ਵੀ ਪੁੱਛਿਆ ਆਪਣੇ ਗੁਰੂ ਮਹਾਰਾਜ ਤੋਂ ਕਿਵੇਂ ਪ੍ਰੀਤ ਜਿਹੜੀ ਹੈ ਗਹਿਰੀ ਹੋਵੇ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੱਚਦਾ ਨਹੀਂ, ਐਸੀ ਪ੍ਰੀਤ ਲੱਗੀ ਤੋੜੇ ਟੁੱਟਦੀ ਵੀ, ਪ੍ਰੀਤ ਲੱਗੀ ਹੈ ਤੋੜੇ ਟੁੱਟਦੀ ਵੀ ਨਾ, ਐਸੀ ਪ੍ਰੀਤ ਲੱਗੀ ਹੈ ਤੋੜੇ ਟੁੱਟਦੀ ਵੀ ਨਾ, ਐਸੀ ਪ੍ਰੀਤ ਲੱਗੀ
ਰੀਤ ਲਗੀ ਹੈ ਤੋੜੇ ਟੁੱਟ ਦੀ ਬਿਨਾ ਪਾਤਸ਼ਾਹ ਨੇ ਪ੍ਰਮਾਣ ਦਿੱਤਾ, ਕਹਿੰਦੇ ਹੁਣ ਤਾਂ ਪ੍ਰੀਤ ਇੰਨੀ ਆ ਕਿ ਖਿੱਚ ਕੇ ਤਣੀ ਹੋਈ ਆ। ਆਖੋ ਸਤਨਾਮ ਵਾਹਿਗੁਰੂ। ਸਾਨੂੰ ਵੀ ਪਤਾ ਪ੍ਰੀਤ ਕੀ ਹੁੰਦੀ ਆ, ਪੁੱਛਦੇ ਨੇ ਦਾਤਾ ਜੀ ਸਿੱਖ ਦੇ ਗੁਰੂ ਦੀ ਪ੍ਰੀਤ ਅਮਰ ਕਿਤੇ ਹੋਣੀ ਹੋਵੇ ਤਾਂ ਕੀ ਕਰਨਾ ਪੈਂਦਾ, ਕਿਹੋ ਜਿਹੀ ਪ੍ਰੀਤ ਚਾਹੀਦੀ ਹੈ। ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਚਟੋਰਦਾ, ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਚਟੋਰਦਾ, ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਜਗੋਰਦਾ, 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 ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਜਗੋਰਦਾ, ਗੁਰੂ ਪ੍ਰੇਮ ਹੋਵੇ ਜਿਵੇਂ ਚੰਦ ਤੇ ਜਗੋਰਦਾ, ਜਿਵੇਂ ਚਕੋਰ ਥੱਕਦੀ ਨਹੀਂ ਚੰਦਰਮਾ ਨੂੰ ਦੇਖਦੇ, ਇਵੇਂ ਸਿੱਖ ਜਦ ਦਰਸ਼ਨ ਕਰੇ ਤੇ ਅੱਗੇ ਥੱਕੇ ਨਾ। ਆਖੋ ਸਤਨਾਮ ਵਾਹਿਗੁਰੂ। 4 ਵੱਜ ਗਏ ਸੀ, ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤ ਵੇਲਾ ਹੋ ਗਿਆ, ਅਸੀਂ ਵੇਲੇ ਸਿਰ ਜਾਣਾ ਹੈ। ਕਹਿੰਦੇ ਦਾਤਾ ਜੀ ਅੱਜ ਜਾਣਾ ਨਹੀਂ, ਸੁਣਨਾ ਜ਼ਰਾ, ਅੱਜ ਜਾਣਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਪਾਤਸ਼ਾਹ ਆਪ ਜੀ ਦੇ ਕਿਰਪਾ ਕਰਕੇ ਇੰਨੀ ਜਾਣਕਾਰੀ ਹੋ ਗਈ,
ਕਿ 90 ਕੁ ਸਵਾਸ ਹੁਣ ਮੇਰੇ ਬਾਕੀ ਨੇ, ਇਸ ਭਾਰ ਨੇ ਹੁਣ ਇਸ ਸਰੀਰ 'ਚੋਂ ਉੱਡ ਜਾਣਾ। ਔਰ ਮੇਰੀ ਇੱਛਾ ਹੈ ਕਿ ਅੰਤਿਮ ਸੰਸਕਾਰ ਜਿਹੜਾ ਉਹ ਆਪ ਜੀ ਦੇ ਕਰ ਕਮਲਾਂ ਦੁਆਰਾ ਹੋਵੇ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਸਮਾਂ ਵੀ 10 ਵਜ ਗਏ, 5-7 ਮਿੰਟ ਲਵਾਂਗਾ ਆਪ ਜੀ ਦੇ। ਦਾਤਾ ਜੀ ਜਾਣਾ ਨਹੀਂ, ਆਪਣੇ ਹੱਥੀਂ ਇਸਨੂੰ ਤੋਰ ਕੇ ਜਾਣਾ। ਕਾਸ਼ ਸਾਡੀ ਵੀ ਸੁਰਤ ਇੱਦਾਂ ਦੀ ਹੋ ਜਾਏ। ਇਹ ਤਾਂ ਕਹਿੰਦਾ ਵੀ ਕਾਕਾ ਦਿਖਾ ਦਿਓ, ਪੁੱਤ ਦਿਖਾ ਦਿਓ, ਧੀ ਨੂੰ ਮਿਲਾ ਦਿਓ, ਇਹਦੇ ਪ੍ਰਾਣ ਹੀ ਨਹੀਂ ਨਿਕਲਦੇ। ਆਖੋ ਸਤਨਾਮ ਵਾਹਿਗੁਰੂ। ਜਿਹਨਾਂ ਨੇ ਜੀਵਨ ਲਾਇਆ ਫਿਰ ਉਹਨਾਂ ਨੇ ਯਾਦ ਆਉਣਾ, ਰੱਬ ਕਿਵੇਂ ਉਸ ਵੇਲੇ ਯਾਦ ਆ ਜਾਏ। ਬਥੇਰਾ ਪਾਣੀ ਪਾਉਣੀ ਮੂੰਹ 'ਚ ਪਾਉਂਦੇ, ਕਹਿੰਦੇ ਕਹਿ ਵਾਹਿਗੁਰੂ, ਸਾਰੀ ਉਮਰ ਤਾਂ ਵਾਹਿਗੁਰੂ ਕਿਹਾ ਨਹੀਂ। ਹੁਣ ਤੂੰ ਕਹਾ ਲਾ, ਤੂੰ ਕਹਾ, ਕਹਿ ਦੋ। ਸੰਗਤ ਜੀ ਮੰਨਣਾ ਪੈਂਦਾ ਪਾਣਾ ਕਰਤਾਰ ਦਾ। ਸੰਗਤ ਜੀ ਮੰਨਣਾ ਪੈਂਦਾ ਪਾਣਾ ਕਰਤਾਰ ਦਾ। ਆਖਰ ਤੇ ਭੱਜ ਕੇ ਜਾਂਦਾ ਪਾਂਡਾ ਦਵਿਆਰ ਦਾ। ਆਖਰ ਤੇ ਭੱਜ ਕੇ ਜਾਂਦਾ ਪਾਂਡਾ ਕਮਿਆ। ਆਪਣੇ ਹੱਥੀਂ ਸਭ ਕੁਛ ਕਰਕੇ ਪਾਤਸ਼ਾਹ ਜੀ ਨੇ ਪਾਈ ਹੈ ਮੈਨੂੰ ਤੋਰਿਆ। ਕਾਸ਼ ਸਾਡੀ ਵੀ ਪ੍ਰੀਤ ਇਹੋ ਜਿਹੀ ਹੋਵੇ। ਕੱਲ ਫਿਰ ਆਈਏ, ਇੱਕ ਇੱਕ ਨੂੰ ਹੋਰ ਨਾਲ ਲਿਆਉਣਾ। ਕਿਉਂ, ਅਸੀਂ ਕਿਹੜਾ ਵੋਟਾਂ ਪਾਉਣੀਆਂ? ਆ ਕਿਤੇ ਵੋਟਾਂ ਹੋਣ, ਬੁੜੇ ਨੂੰ ਕਨੇਡੀ 'ਚ ਕੀ ਫਿਰਦਾ, ਭਾਵੇਂ ਰਾਹ 'ਚ ਪ੍ਰਾਣ ਨਿਕਲ ਜਾਣ। ਇੱਥੇ ਜਿਸ ਨੇ ਕੱਲ੍ਹ ਨੂੰ ਵਜਣਾ, ਕੀ ਪਤਾ ਉਹਦੀ ਹਾਜ਼ਰੀ ਸਾਡੇ ਤੋਂ ਪਹਿਲਾਂ ਲੱਗ ਜਾਣੀ ਦਰਿਆ ਦਰਗਾਹੀ, ਅਤੇ ਨਾਲ ਸਾਡਾ ਵੀ ਕਲਿਆਣ ਹੋ ਜਾਊ। ਇੱਕ ਇੱਕ ਨੂੰ ਹੋਰ ਨਾਲ ਲਿਆਉਣਾ। ਦਿਨ ਕਿਹੜੇ ਰਹਿ ਗਏ, ਦੋ ਸਿਰਫ ਬਾਕੀ। ਆਖੋ ਸਤਨਾਮ ਵਾਹਿਗੁਰੂ। ਸੋ ਮਾਲਕ ਕਿਰਪਾ ਕਰਨ, ਗੁਰੂ ਬਖਸ਼ਿਸ਼ ਹੋ ਜਾਏ। ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ। ਐਸੀ ਗੱਲ ਨਹੀਂ ਵੀ ਮਹਿਲ ਨਹੀਂ ਚਾਹੀਦੇ ਸਿੱਖ ਨੂੰ, ਹੋ ਸਕਦੇ ਪੜੋਗੇ ਇੱਕ ਪੰਕਤੀ ਫਿਰ ਮੈਂ ਆਨੰਦ ਸਾਹਿਬ ਜੀ ਪੜਾਂ। ਉਹ ਮਹਿਲ ਚ ਬਾਰੇ ਸੋਹਣੇ ਲੱਗਦੇ ਜਿੱਥੇ ਸਤ ਸੰਗ ਲੱਗਦਾ। ਮਹਿਲ ਮਨਾਰੇ ਸੋਹਣੇ ਲੱਗਦੇ ਜਿੱਥੇ ਸਤ ਸੰਗ ਲੱਗਦਾ। ਉਹ ਮਹਿਲ ਮਨਾਰੇ ਸੋਹਣੇ ਲੱਗਦੇ ਜਿੱਥੇ ਸਤ ਸੰਗ ਲੱਗਦਾ। ਉਹ ਮਹਿਲ
ਜਿੱਤੇ ਸਤ ਸੰਗ ਲੱਗਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਕਿਤੇ ਹਿਰਦੇ ਚ ਵਸ ਜਾਏ ਇਸ ਤੋਂ ਸੋਹਣਾ ਥਾਂ ਕੋਈ ਨਹੀਂ ਹਿਰਦੇ ਚ ਬਹੁਤ ਕੁਝ ਵਸਿਆ ਕੱਲ ਕਰਾਂਗੇ ਗੱਲ ਆਓ ਜਿਹਨਾਂ ਦੇ ਹਿਰਦੇ ਚ ਵਸ ਗਿਆ ਉਹਨਾਂ ਨੇ ਫਿਰ ਆਪੜਿਆ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਤਾਇਆ ਰਾਗ ਰਤਨ ਪਰਵਾਰ ਪੁਰੀਆਂ ਸ਼ਬਦ ਗਾ ਬਣਿਆਇਆ ਤੋ ਤਗਾਵੋ ਹਰੀ ਚਰਾ ਮਨ ਜਿਨੀ ਬਸਾਇਆ ਕਹਿ ਮਨ ਗੋਵਿੰਦ ਹੋਆ ਸਤਿਗੁਰੂ ਮੈਂ ਪਾਇਆ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਨਾਮ ਗਲਾ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੀ ਰਹਿ ਕਰਤਾ ਤੇਰੇ ਸਭ ਕੁਛ ਹੈ ਦੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੀ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਕਾ ਸਾ ਭਗਵਾਇਆ ਸ਼ਾਂਤ ਸੁਖ ਮਨ ਆਏ ਵਸਿਆ ਕੁਰਬਾਨ ਕੀਤਾ ਗੁਰੂ ਬਿਟੋ ਇਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਤੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਸ਼ਬਦ ਤਿਤ ਕਾਰ ਸੁਭਾਗੈ ਸ਼ਬਦ ਬਾਜੀ ਕਲਾ ਜਿਤ ਕਰ ਤਾਰੀਆ ਪੰਜ ਦੂਤ ਬੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਬੁੱਧ ਜਿਨ ਕੋ ਸੀ ਨਾਮ ਹਰ ਕੈ ਲਾਗੀ ਜਿਤ ਕਰ ਅਨਹਦ ਬਾਜੀ ਸੁਣੋ ਸਗਲ ਮਨੋਰਥ ਪੂਰੇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪ੍ਰੀਤ ਕਰ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਆਇਆ ਖੇਲੇ ਸਗਲ ਜਗਤ ਵਾਜੈ ਧਰਮ ਦੂਰ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦਿਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇ
ਦਿੱਤੀ ਛੁੱਟੀ ਨਾਲ ਜਿੰਨੀ ਨਾਮ ਤਿਆਰਾ ਕਹਿ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਧੰਨਵਾਦੀ ਹਾਂ ਸਤਿਗੁਰ ਜੀ ਦੇ ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੱਤੇ ਨੇ। ਧੰਨਵਾਦ ਹੈ ਸਮੂਹ ਨਗਰ ਦਾ ਜਿਨ੍ਹਾਂ ਨੇ ਸੁੰਦਰ ਸਮਾਗਮ ਰਚਾਏ ਨੇ। ਧੰਨਵਾਦ ਹੈ ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਅਣਥਿਕ ਮਿਹਨਤ ਦੇ ਨਾਲ ਇਹ ਕਾਰਜ ਨੂੰ ਨੇਪਰੇ ਚੜਾਇਆ ਹੈ। ਹੋਈਆਂ ਭੁੱਲਾਂ ਦੀ ਖਿਮਾ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ। ਅੱਖਰ ਦਾ ਵਾਧਾ ਘਾਟਾ ਖਿਮਾ ਕਰਨਾ, ਜੋੜਿਆਂ ਵਿੱਚ ਬਿਠਾਈ ਰੱਖਣਾ, ਚਰਨ ਧੂੜ ਬਖਸ਼ਦੇ ਰਹਿਣਾ ਇਹੀ ਅੰਤਮ ਇੱਛਾ ਹੈ। ਸਾਨੂੰ ਹੁਣ ਛੁੱਟੀ ਦੇ ਦੇਣਾ ਕਿਉਂਕਿ ਸਰੀਰ ਕਈ ਵਾਰੀ ਕਿਰਿਆ ਠੀਕ ਨਹੀਂ ਰਹਿੰਦੀ। ਆਗਿਆ ਦਿਓ। ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।